बाल पाओ करमा वाली ये शाला बल्दी रहे पता नहीं छोर लोद कि लग गई उठे गली आ खंड ते पत्ती लैन हुण तक नहीं भाई की आई एक ते बेडी जी मेरी धी है ये दी मैनू सारी जिंदगी ना समझ आई किधे वहींदी है ते किधू हो के ते जल्दी हटदी नहीं उरा वापस जेड़ा काम गला बेडे आर बस इदू आदू लोकां नू वेदी रहे वहींदी है ਤਾਂ ਮੈਨੂੰ ਲੱਗਦਾ ਮੇਰੀ ਭੈਣ ਦਾ ਫੋਨ ਆਉਂਦਾ ਪਿਆ ਮੂਤਰਾ ਭਾਈ ਇਸ 'ਤੇ ਖਲਾਰ ਕੇ ਕਿਹੋ ਜਿਹਾ ਫੋਨ ਹੈ ਇੱਦੂ ਵੇਖ ਜੀ ਆਪੇ ਮੇਰਾ ਘਰ ਵਾਲਾ ਤਾਂ ਜੀ ਆ ਫੋਨ ਰੱਖਿਆ ਹੈਲੋ ਹਾਂਜੀ ਅਸਲਾਮੁਅਲੈਕੁਮ ਵਾਲੈਕੁਮ ਅਸਲਾਮ ਕੀ ਹਾਲ ਹੈ ਮੇਰੀ ਭੈਣ ਕਿਵੇਂ ਅੱਜ ਭੈਣ ਦੀ ਯਾਦ ਆ ਗਈ ਆਈ ਕਿਉਂ ਅੱਲਾ ਮਾਫੀ ਦੇਵੇ ਮੈਂ ਅੱਗੇ ਇੱਕ ਦੋ ਵਾਰੀ ਕਾਲਾਂ ਕੀਤੀਆਂ ਤੋਂ ਮੇਰੀ ਭੈਣ ਚ ਆਇਆ ਹੀ ਕਦੀ ਨਹੀਂ ਲਾਇਓ ਸਾਰੇ ਵੇਲੇ ਡੱਬਾ ਕਿਚ ਗੱਤੇ ਹੋਇਆ ਉਸ ਕਦੀ ਘਰ ਰੱਖਿਆ ਅੱਜ ਵੀ ਕਿਦਾਂ ਬੋਲ ਗਿਆ ਅਸਤਾ ਤਾਂ ਇੱਥੇ ਮੈਨੂੰ ਵੇਖਿਆ ਤੇਰਾ ਨੰਬਰ ਉੱਤੋਂ ਮਖੇ ਤਾਂ ਮੇਰੀ ਭੈਣ ਦੀ ਕਾਲ ਹੈ ਉਸ ਤੋਂ ਪੁੱਛਿਆ ਹੀ ਮੈਂ ਤਾਂ ਜਿਤਨੀ ਵਾਰੀ ਕਾਲ ਕੀਤੀ ਜਾਂਦਾ ਉਹ ਮੈਂ ਬਾਹਰ ਵਧਾਂ ਉਹ ਘਰ ਕੋਈ ਨਹੀਂ ਫੋਨ ਮੇਰਾ ਲੈ ਮੈਨੂੰ ਉਸ ਨਾ ਹੀ ਕਦੀ ਨਹੀਂ ਲਿਆ ਜਦੋਂ ਮੈਂ ਪੁੱਛਾਂ ਬੈਲੋਸ ਕੋਈ ਨਹੀਂ ਬੈਲੋਸ ਕੋਈ ਨਹੀਂ ਬੈਲੋਸ ਕੋਈ ਨਹੀਂ ਰੋਜ਼ ਇਸ ਮੇਰੇ ਨਾਲ ਡਰਾਮਾ ਕੀਤਾ ਤੇ ਰੋਜ਼ ਫਿਲਮ ਚਲਾਈ ਵਦਾ ਤਾਂ ਹੋਰ ਸੁਣਾ ਤਾਂ ਵੀ ਅਸਾਂ ਠੀਕ ਆ ਜਾਵੇਂ ਆ ਮਿਲਣ ਕੋਈ ਨਹੀਂ ਮੇਰੀ ਭੈਣ ਆ ਵੇਦੀ ਪਈ ਹੈ ਬੂਹੇ ਤੇ ਮੱਝੀ ਖਲੋਤੀਆਂ ਤੇ ਜੰਗਲ ਦੀ ਵਾਸੀ ਹੈ ਕਿਦੇ ਆ ਸਕਦੀ ਆ ਮੇਰੀ ਭੈਣ ਮੈਂ ਚੱਕਰ ਲਾਵਾਂ ਹੁਣ ਆਈਆ ਗੱਲ ਤਾਂ ਮੈਂ ਕਰੂਆਂ ਮੇਰੇ ਮੂੰਹ ਦੀ ਗੱਲ ਖੋ ਲਈ ਆ ਮੇਰੀ ਭੈਣ ਮਿਲ ਜਾ ਹੁਣ ਤਾਂ ਛੋਹਰ ਨੂੰ ਵੀ ਛੁੱਟੀਆਂ ਨਹੀਂ ਤੇ ਛੋਹਰ ਤਾਂ ਮੇਰੇ ਖਾਲ ਤੇਰਾ ਨੌਕਰੀ ਤੇ ਨਹੀਂ ਜੀ ਆ ਨੌਕਰੀ ਤੇ ਛੋਹਰ ਤੇ ਵਗ ਗਿਆ ਹੈ ਅੱਲਾ ਖੈਰ ਕਰੇ ਇਨਸ਼ਾਅੱਲਾ ਤੇ ਅੱਲਾ ਪਾਕ ਨੂੰ ਕਾਮਯਾਬੀਆਂ ਦੇਵੇ ਤੇ ਆ ਵੰਜ ਮਿਲ ਜਾ ਦੀ ਵੀ ਤੇਰੀ ਉਧਰੀ ਵਧੀਆ ਤੇਰੇ ਕਾਣ ਬੁਸ਼ਰਾ ਨੇ ਤਾਂ ਪੁੱਛਦੀ ਹੈ ਮਾਸੀ ਨਹੀਂ ਆਉਂਦੀ ਮਾਸੀ ਨਹੀਂ ਆਉਂਦੀ ਮੈਂ ਲਈ ਸਾ ਚੱਕਰ ਇਦੂ ਆ ਸਲਮਾ ਹੀ ਮੈਂ ਤੰਗ ਕੀਤੀ ਵਧੇ ਮੰਮੀ ਛੁੱਟੀਆਂ ਹੋਣ ਜਾਂ ਚਲੀਏ ਮਾਸੀ ਕੋਲ ਤੇ ਨਾਲੇ ਮੈਂ ਤੇਰੇ ਕਾਣ ਈਦ ਦਾ ਗੋਸ਼ਤ ਸੋੜ ਕੇ ਰੱਖੇ ਹੋਇਆ ਹੈ ਲਾਏ ਹਾਂ ਅਈਓ ਤੇ ਨਾਲੇ ਹੋਏ ਖੋਰੀ ਮੈਂ ਪਹਿਲੇ ਦੱਸ ਲਗਾ ਲੋ ਸੂਟ ਮੇਰੇ ਵਾਲਾ ਪਾਇਆ ਹੀ ਕਿ ਕੋਈ ਨੂੰ ਪਾ ਜਿਹੜਾ ਮੈਂ ਸਿਵਾ ਗੱਲ ਪਾ ਕੇ ਉਸਾਂ ਹਾਂ ਇਹ ਗੱਲ ਮੇਰੀ ਯਾਦ ਰੱਖੀ ਸੂਟ ਉਹ ਪਾ ਕੇ ਆਉਣੀ ਮੈਨੂੰ ਵਿਖਾਵਣੀ ਮੈਂ ਵੀ ਬਲਕੇ ਉਹ ਪਾਈ ਵਧੀਆਂ ਅੱਜੋ ਹਲਾ ਚਲੋ ਮੈਂ ਪਾ ਕੇ ਉਸ ਆਪਣੀ ਭੈਣ ਨੂੰ ਵੇਖੀ ਪਾ ਕੇ ਵਿਖਾਈ ਸਮਾਂ ਸੂਟ ਹਾਂ ਠੀਕ ਹੈ ਅੱਲਾ ਖੈਰ ਨਾ ਲਾਇ ਆਵੇ ਮੈਂ ਮੁੜ ਕੋਈ ਕਰੇ ਨਹੀਂ ਖਾਣੇ ਛਾਣੇ ਦਾ ਬੰਦੋਬਸਤ ਤੇ ਨਾਲੇ ਗੱਲ ਸੁਣੋ ਗਬਾਰਾ ਸ਼ੋਈ ਹੋਈ ਤਾਂ ਸੜਕ ਬੜੀ ਗੰਦੀ ਹੈ ਹੋਈ ਪਈ ਹੈ ਰਕਸ਼ਾ ਗਾ ਤੋੜ ਲਈਆਂ ਵੀ ਖੈਰ ਹੈ ਮੈਂ 200 ਰੁਪਈਆ ਦੇ ਸਾਂ ਚਾ ਚਲੋ ਠੀਕ ਹੈ ਮੇਰੀ ਭੈਣ ਚਲੋ ਠੀਕ ਹੈ ਅੱਲਾ ਹਾਫਿਜ਼ ਕਈ ਨਾ ਆਂਦੀ ਪਈਆਂ ਅੱਲਾ ਹਾਫਿਜ਼ ਤੇਰੀ ਭੈਣ ਨੂੰ ਆਦੀ ਪਈਆਂ ਹੈਨਾ ਐਦਾਂ ਪੀੜੀ ਉਰੇ ਬਾਹਰ ਲੈ ਆਵੇ ਨਾ ਇੱਥੇ ਮੇਰੇ ਆ ਓਏ ਹੁੱਕਾ ਨਾ ਆਈ ਇੱਥੇ ਮੇਰਾ ਮੈਂ ਤਾਂ ਬਾਰੀ ਲੈਣੀ ਆਈ ਹੁਣ ਦੋਰਾਂ ਫਿਰੂ ਆਉਂਦਾ ਪਿਆ ਜਿਸ ਦੇ ਦਾ ਮੇਰੀ ਭੈਣ ਤੇਰੀਆਂ ਵਾਛਾਂ ਚ ਦਿੱਤਾ ਹੈ ਨਾ ਠੁੱਠ ਉਸ ਦੇ ਤੋਂ ਤੂੰ ਮੇਰੀ ਭੈਣ ਨਾਲ ਨਾ ਮੇਰੀ ਗੱਲ ਨਾ ਕਰਵਾਈਂਦਾ ਤੈਨੂੰ ਪ੍ਰੋਬਲਮ ਕੀ ਹੈ ਮਸਲਾ ਕਿਹੜਾ ਹੈ ਤੈਨੂੰ ਮੈਂ ਤੇਰੀ ਸਮਝ ਕਾ ਨਹੀਂ ਆਉਂਦੀ ਉਹਦਾ ਫੋਨ ਆਉਂਦਾ ਰਿਹਾ ਕਿਉਂ ਨੂੰ ਦੱਸਿਆ ਉਹ ਫੋਨ ਆਉਂਦਾ ਰਿਹਾ ਉਸ ਮੈਂ ਬਾਖ ਤੇ ਹੁੰਦਾ ਮੈਂ ਜਮੈਂ ਪੱਠਿਆਂ ਤੇ ਹੁੰਦਾ ਮੈਂ ਹਲਾ ਵੱਜ ਕੇ ਹੁਣ ਤੈਨੂੰ ਫੋਨ ਸੁਣਾ ਲਵਾਂ ਘਰ ਮੈਨੂੰ ਦੱਸਿਓ ਹੀ ਕੋਈ ਨਾ ਕਿ ਬੋਦੀ ਕਾਲ ਨਹੀਂ ਜੇ ਤੇਰਾ ਦੀ ਛੇੜ ਕਿਤੇ ਗਈ ਪੱਤੀ ਲੈਣ ਤੇ ਖੰਡ ਲੈਣ ਗਈ ਆਈ ਤੂੰ ਕਿਦੇ ਆਇਆ ਮੈਂ ਤੂੰ ਘਰ ਸੌਦਾ ਹੀ ਨਹੀਂ ਲਿਆ ਕੇ ਰੱਖਿਆ ਉਹ ਗੱਲ ਸੁਣਾ ਲਿਆ ਆ ਛੇੜ ਨੂੰ ਢੇਰ ਬਾਹਰ ਨਾ ਗੱਲਿਆ ਕਰ ਹੁਣ ਕੀ ਹੋ ਗਿਆ ਅੱਛਾ ਹੁਣ ਕੀ ਹੋ ਗਿਆ ਹਾਲਾਤ ਹੈ ਕਾਇਰ ਤੂੰ ਮੋੜ ਬਾਹਰ ਗੱਲ ਛੁੜਨਦੀ ਅੱਛਾ ਅੱਛਾ ਤੈਨੂੰ ਤਾਂ ਸਾਰੇ ਦੁਨੀਆ ਦੇ ਹਾਲਾਤਾਂ ਦਾ ਪਤਾ ਹੈ ਪਰ ਤੈਨੂੰ ਆਪਣੇ ਹਾਲਾਤ ਦਾ ਨਾ ਪਤਾ ਲੱਗਾ ਗਗੜਿਆ ਆਪਣੀ ਹਾਲਤ ਵੇਖ ਲੈ ਠੀਕ ਹੈ ਮੈਂ ਗਗੜਾ ਹਾਂ ਔਰ ਰੱਬ ਇੱਜ਼ਤ ਤਾਂ ਦਿੱਤੀ ਹੋਈ ਹੈ ਚਾਰ ਢੋਰ ਬੂਹੇ ਤੇ ਖਲੋਤੇ ਚਾਰ ਢੋਰ ਬੂਹੇ ਤੇ ਪੈਸਾ ਹੀ ਲੱਭ ਜਾਂਦਾ ਤੇ ਅਸੀਂ ਪਿੰਦੇ ਵਦੇ ਆ ਅੱਛਾ ਕੀ ਅਮਦੀ ਪਈ ਹਾਂ ਫੋਨ ਹੈ ਆਪਣਾ ਹਾਂ ਚ ਮਰਾਉ ਅਮਦੀ ਪਈ ਹੈ ਮੇਰੀ ਭੈਣ ਤੇ ਮੇਰੀ ਭਣੇ ਹੀ ਆਉਂਦੀਆਂ ਪਈਆਂ ਨੇ ਅੱਛਾ ਅੱਛਾ ਹਾਂ ਉਹ ਆਉਂਦੀਆਂ ਪਈਆਂ ਤਾਂ ਗਲੋ ਅੱਜ ਕੜਕਾਰ ਤਾਂ ਹੀ ਬੈਠੀ ਹੈ ਹਲੋ ਅਮੀ ਮੈਂ ਲੈ ਆਈ ਆ ਖੰਡ ਤੇ ਪੱਤੀ ਦੁਕਾਨ ਬੰਦ ਆਈ ਤੇ ਮੁੜ ਮੈਂ ਘਰ ਵਾ ਗਈ ਉਸ ਮੁੜ ਤਾਲਾ ਖੋਲ ਕੇ ਕਹਿੰਦੇ ਘਰ ਵਾ ਗਈ ਉਹ ਦੁਕਾਨ ਵਾਲੇ ਦੇ ਨਾਲ ਹੀ ਘਰ ਹੈ ਹੱਥ ਮੂੰਹ ਦੁੱਤੇ ਮਰਾਉ ਤੈਨੂੰ ਮੈਂ 20 ਵਾਰੀ ਆਖਿਆ ਦੁਕਾਨ ਬੰਦ ਹੋਵੇ ਉਹ ਆ ਗਈ ਕਰ ਕਾਈ ਨਹੀਂ ਲੋੜ ਕਰ ਸੋਤਾ ਤਾਂ ਕੋ ਨਹੀਂ ਚਾਹ ਨਹੀਂ ਬਣਾਉਣੀ ਆਈ ਤੇਰਾ ਚਾਹ ਪਰ ਕੋਈ ਢੇਰੀ ਦਿਲ ਕਰਿੰਦਾ ਖਲਾ ਹੈ ਨਾ ਲੱਗ ਜਾਂਦੇ ਰਾ ਭਾਂਡੇ ਧੋ ਚਾਹ ਲਾ ਆਈ ਲਾ ਭਾਂਡੇ ਧੋ ਕੇ ਲਾਇਆ ਮੈਂ ਥੋੜ ਚਾਹ ਦਾ ਬਣਾ ਮੈਂ ਸੋ ਬੈੜੇ ਕੰਮ ਚ ਮੈਂ ਤਾਂ ਨਹੀਂ ਕੋ ਰਿਸ਼ਤਾ ਵੇਖ ਤੇ ਦਾ ਕਰ ਛੱਡ ਓਏ ਆਪ ਕਰ ਨਾ ਮੈਂ ਉਹ ਕਿਸੇ ਆਖਿਆ ਭਰਿਆ ਉਸੇ ਦਾ ਜਿੰਦਾ ਤੋੜ ਚੜਿਆ ਤੇਰੀ ਸਾਹ ਗੱਡੀ ਹੋਈ ਏ ਲੋਕਾਂ ਨਾਲ ਕਿਦਾਂ ਮੈਨੂੰ ਚਾਵਣੀ ਨਾ ਪਾਏ ਜਾਵੇ ਹਾਂ ਮਾਫੀ ਦੇਵੇ ਮੈਂ ਤਾਂ ਅੱਲਾ ਮਾਫੀ ਦੇਵੇ ਹਾਂ ਕਿਸੇ ਦੀ ਧੀ ਭੈਣ ਨੂੰ ਗਲਤ ਵੇਖਿਆ ਮੇਰੀ ਗੱਲ ਸੁਣਾ ਕਿਸੇ ਦੀ ਧੀ ਭੈਣ ਨੂੰ ਗਲਤ ਵੇਖਿਆ ਕੋ ਜਨਾ ਭਲਾ ਹੋਵੀ ਜੂ ਨਾ ਵਿੱਚੋਂ ਸਬਜ਼ੀ ਲਿਆ ਦਿੱਤੀ ਕਰੋ ਛੇਰ ਛੋਦੀ ਨੂੰ ਵੈਣਾ ਪੰਦਾ ਉਹ ਲੈ ਕੇ ਆਉਂਦੀ ਤੈਨੂੰ ਪਤਾ ਮੇਰੀ ਲੱਤ ਨੂੰ ਪੀੜ ਹੈ ਮੈਥੋਂ ਇਤਨਾ ਟਰੀਂਦਾ ਨਹੀਂ ਆ ਨਾਪਲਾ ਮੋੜ ਭੈਣ ਦਾ ਫੋਨ ਛੂਨ ਆ ਵੀ ਨਾ ਉਸ ਆਮਣਾ ਨੂੰ ਆਉਂਦੀ ਪਈ ਆ ਉੱਥੋਂ ਕੋ ਗੋਸ਼ੋਤ ਲਾਇਆ ਉਹ ਬਲ ਆਇਆ ਮਨਾ ਫੋਨ ਤੂੰ ਕੋਲੇ ਰੱਖਣਾ ਹਾਂ ਮੋੜ ਫੱਦੀਆਂ ਵੀ ਟਿੰਡੇ ਨਾਲ ਗੋਸ਼ੋਤ ਪਿਆ ਕੋਈ ਨੂੰ ਨਹੀਂ ਕੋਈ ਨਹੀਂ ਹੈ
जिंदगी करो नौकरी ते आए नौकरी नौकरी लग गया करिए मेरी गल सुन भलो भी करमा ला नौकरी नहीं लग गया पर शादी कर छोड़ी चुप कर इया गल तकरण कण में सदी मेरा दिल मैं दी दाई देवनी मेरी तेनू पता घर लौदा मर गया एक दी ते एक पोत्र दी दी किस्मत लक दई चंगी बड़े सिख दई हो जासो मैं इथे दा पोत्र आए कोई ना मैं वट्टा करना हां गल ए वे साडी दी उथे सुखी रास बहुत सुखी रासी मैं भी सोचे ना आई हां ते मैं भी तो दी नु सह समान देवना है अल्लाह दे हुक्म नाल अल्लाह पाक हर नु बहुत तौफीक देवे अल्लाह पाक इंशाल्लाह सारीया धियां दे पर्दे कायम रखे ते मैं मुड़ जांदा पिया मैं मुड़ सब्जी आण दे ना ते हां कोई सब्जी भी लाया ते नाल कोई फ्रूट फद्दियां भी थोड़ा जिया चलो फ्रूट ही लेयो हां लाज़मी याद ना लेयो सा ओन तक खवाए कदी नु चलो उनां दे आमण नाल मैं नहीं खा ले मुंह आवणा चाहिदा फ्रूट खावण नाला एदू एक चूपे होए अंबार मुंह वई चंगा गल करेंदा पिया मैं जेड़ा ना आंदी है ना इस वारी बहन मेरी ते मैं ते उस नाल गल करनी आ दी दा मैं करना भी उदा ही शुक्र अल्हम्दुलिल्लाह मरोद मान गया ने तमें ता होला ए सखना ना ना मैं उदे का नहीं देवनी बहन शो दी कल्ली है परदेस च बैठी आप उदा केड़ा उत्थे कोई सिर ते साई अल्लाह जिंदगी करो उस पोत्र दी एक पोत्र ते एक दी है सोना नाल सुखी बैठी अगले मैं ता भाई दी उदा ही देवनी कुछ भी हो जावे सुखी ता रासी ना सारी जिंदगी आ मेरे अर्गो होए ता ना थप्पड़े पौ सोस सारी जिंदगी पठियां दे विच ता ना रुलना पौ सोस जिवें मैं ता लाडां दी पाली है उदा ही सुखी रासी की गल है मानूर परेशान है नहीं भाई परेशान तो कोई नहीं नहीं तेरे चेहरे दी उदासी दसदी पई है भी तू परेशान है की गल है किसी चीज दी कमी है घर च कोई चीज दी कमी नहीं बस एक कमी है केड़ी शायद कि मेरे इतने माड़े नसीब आन कि सारी जिंदगी में अपने बिरा ते बोझ बन के रह जावना और कमलिया भैन जड़ी होंगे ना विरावान तो बोझ नहीं होंगे ठीक है अल्लाह पाक नू ये मंजूर आ कोई काम भी आता है ना तो अल्लाह पाक की मर्जी नाल आता ये नसीब की गल आती मैं कभी तो तू बैठा पिया है जी शायद मूँह चुकड़ दी तेन मिलती नहीं मैं तो तेरे मूँह लुवेदा पे उन्हें भी किसी वेल कोई चीज़ आखे तो मैं उन्होंने पूरी करा तुम इस चीज़ का इंतजार करें तो मैं इंतजार करें कि मेरा विराम बोलो अगली गल मैं नहीं करना चाहता ओ कमलिया जद दी तू आई है ना मेरे तो दिल जद शादी दी ख्वाहिश आ मैं भी एक बार बिल्कुल दबा छड़ी आ कि मैं जितने तई मेरी भैन मेरे बूए ते ना मैं यो जिया कोई काम ना करा ते नाले मैं तेरे नाले गल करनी आ डरदिया नहीं मुँह करदा ओ केड़ी गल है तुसी हेक नहीं तुसी भाई सौ करो गल मेरे नाल मैं तेरी सुनन तैयार हां पता है की हुंदा है पर हेक गल ज़हन च रख के करया कोई यो जी गल ना करया कि जेड़ी मैं ना ही मान सकदा तुहाडी पता है की गल है जेड़े बहना बिरा आंदे ना इन्हां दे दिल दे विच भी ख्वाहिश हुंदी चाहत हुंदी कि बहन अपने घर होवे ना ते वो बड़ी सुखी हुंदी ठीक है ते जे तू आखे तो कोई अच्छा जिहा घर वेख के मैं तेरा रिश्ता तय कर छड्डा भाई ये के पैं दियो मैं शादी कोई नहीं करनी अगे एक दफा शादी करके मेरी जिंदगी बर्बाद हो गई है पंजा अंगलिश फर्क है ना ये जरूरी नहीं है भी एक घर तेरा तबाह होया तो पिछू दूआ घर भी इन नहीं भाई तुसी मेरी रोटी तो तंग हो ना ओ कमलिया नहीं रोटी तो तंग हो मैं एक नुक्कर च पई रहा सा मेरी एक वक्त की रोटी दीती रखी मेरा दिल नहीं करना मैं शादी कोई नहीं करना मैं ना, नहीं। ना करया भाई मेरी गल सुन तू मेरी गल ते राजी हो मैं तेरा अच्छा फैसला कर सा जेड़ा भी मैं तेनू परेशान नहीं देख सकता
मन जा। भैणा घर खुश होंदिया। मैनू सोचण दा मौका देवो। मग्गे बू टुटी हुई हाँ। अल्लाह मेहरबानी कर सी। एक अच्छा। इंसान टुट जाता ना मैं वही हो गई हाँ। मेरा एक दफा दिल टुट गई है। और एक गल मेरी याद रखी, जितना तई तेरा दाना पानी इत्थे ना, मेरी पगड़ी का ध्यान रखी। मैं तेरे उत्ते बड़ा भरोसा करता हूँ। तू तो बेफिक्र हो जा, तुहाडी ना अगे पगड़ी पैर च रुलण दीती ते ना हुण रुलण देनी। तुहाडी इज्जत दा ना मैनू अपने आप ते फखर है इस चीज़ का कि तुहाडी इज्जत मैं अपने आप ते ज़्यादा महफूज रखे। शाबाश भैणा, मैंने तो यही हो। ठीक है, तू ध्यान रखी ते घर का कोई काम ही तो कर ला। तो मैं भी एक बार अड्डे तीन जाता पाया, मैं कुछ सब्जी लाए ना तो मुड़ पकाई। ठीक है, ठीक है। भाई कमला हो गई है, मैं अगले सदमे चो नहीं निकल पाती पई। तो बात मेरी शादी का सोचण हो गया, मैं इन्होंने उत्ते बोझ बन गई हाँ, या मेरे को कोई गलती हो गई कि मेरे विराह सोच लिया। उन्होंने पता भी है कि मैं हूँ शादी नहीं करना चाहती, पर खैर विराह तो है भी जो ही सुचे सी मेरे कान अच्छा ही सुचे सी ना। मैंने इस गल तो इनकार नहीं करना चाहिए। जिमें उस आख्या ना मैं हूँ उवें करेसा, मैं अपने विराह का ना दिल नहीं त्रोड़ना चाहती। ये तो इको एक मेरा विराह मेरे सिर पर, होर तो दुनिया तो मैंने किसी का सहारा ही कोई नहीं। ठीक है भाई। सलाम अलैकुम जी। ओ वालेकुम सलाम, की हाल है मलंगी? तुसी सुनाओ तभी ऐसे। बहरा बहरा बहरा, और सुनाओ जी। खैर में आ रहा, अल्लाह का फजल है। घर बार खैर में आ रहे? खैर में आ रहे, बड़े आज तो ढेर दिन लाए नहीं, अगे रोज आ जाना हूं। ओ जी मुड़े फार के ना थोड़ा काम धंधे तो रुद्ध होया हम। मुड़ा जी लग गया जान तो सलाम कीती जावा। नल मेरे ख्याल समान थी, तेरी थोड़ी उम्र दी तेरी वड्डी उम्र है। जी हां जी हां जी हां जी हां ये ना जी हां जी हां। अल्लाह दा तुम इस तुम्हें तो घरों ना निकल दो आजकल जड़े ना ए बुढ़े। अब बस जी अल्लाह दा शुक्र है समाणी मेरी बड़ी हया वाली है। ओ पहले तो परनेवणा ही नहीं चाहिदा छोटी उम्र दी समाणी नाल। ओ क्यों नहीं परनेवणा, प्यो दादे दा जड़ा होवे हुक्म हो तो मनना चाहिदा ना। अच्छा और सुना घर बार? शुक्र अल्हम्दुलिल्लाह। सुनाओ हुन को मीं शी आया है को रबनी रुबनी का? ना ना हुन तो फर्स्ट क्लास होई खरती है भाई भी। हां तो पानी दा तो हुन कोई शक कर नहीं, रबनियां हो गई ते और हुन पानी दी केड़ी लोड है? के चार दीवारा ना पानी दी लोड का ही नहीं जी। हुन सुख सी तो रबनियां कर। सुना घर दा लागा बाग किवें चलदा? बस जी अल्लाह दा शुक्र है, गुजारड़ा हुंदा ही जांदा है। ते गल करनी हुकम कर मलंगी यार। एक जोड़ा चाहिए हाई, मेरी सारी पछड़ो हो गई। क्यों शादी शुदी करो? नहीं नहीं शादी नहीं जी, और पछड़ा हो गई ना गबड़ा। अच्छा 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 अच्छा। तो मैं आना भाई मुड़ को मेरे को हो गई तुसी लै लिया। वो तो मसला कोई नहीं, वो तो बैठे जो ऐसे रल। जी हाँ जी हाँ बिल्कुल, रल बैठे काम ना है ना। जी हाँ बिल्कुल ही गल। ते आ कोई घर का धंधड़ा थोड़ा जा पिया आई जी हाँ। समान तीन आखे बच कर के वग जावे आ, अल्लाह के बंदा सुख केड़े होंगे सानू तुहाडे। मैं गले सा गले सा मैं गल छोड़े सा ते ओ कर जा सन काम। हां घर का काम कर जा सन गले सा। ओ मैं तेरी धीर नहीं आख्या भांडे ठाक पमदे गल का नहीं घर दे लड़दे हैं ਸਾਡੇ ਤੇ ਕਦੇ ਨੂੰ ਲੜੇ ਨਹੀਂ ਇਹ ਤੁਸੀਂ ਐਵੇਂ ਮੂੰਹ ਪੋਜ ਕੇ ਆ ਜਾਂਦੇ ਹੋ ਲੜਾਈ ਤੁਹਾਡੀ ਹੀ ਸਾ ਜਾਂਦੀ ਉਹ ਨਹੀਂ ਨਹੀਂ ਸਾਡੀ ਲੜਾਈ ਹੋਈ ਸਹੀ ਜਿਹਾ ਸਾ ਕਿਸੇ ਨੂੰ ਪਤਾ ਨਹੀਂ ਸਰਦਾਰ ਹੀ ਹੋਇਓ ਤੇ ਬੇਲੀ ਹੀ ਹੋਇਓ ਇਹ ਗੱਲਾਂ ਤਾਂ ਮੈਂ ਜਾਣਦਾ ਹਾਂ ਹੈ ਸਵਾਣੀ ਤੁਹਾਡੀ ਦਾ ਲੋਕਣਾ ਬੇਲੀਆ ਤੂੰ ਪਰਨੇ ਆਇਆ ਨਾ ਤੂੰ ਵੇਖ ਲਾ ਬਾਬਾ ਮੈਂ ਨੰਬਰਦਾਰ ਵੀ ਆ ਮੈਂ ਤੇਰੇ ਨਾਲ ਕਦੀ ਲੱਗਿਆ ਕੀ ਹਾਲ ਲੱਗਣਾ ਆ ਧਿਆਨ ਬ ਸਵਾਣ ਤੇ ਤੇਰੀ ਸੋਹਣੀ ਵੀ ਹੈ ਤੇ ਰੰਗ ਦੀ ਵੀ ਬਗੜੀ ਹੈ ਜੀ ਹਾਂ ਅੱਛਾ ਜੀ ਮਿਹਰਬਾਨੀ ਠੀਕ ਨਾ ਆਈ ਬੜੇ ਖਰਾਬ ਆ ਨੋ ਯਾ ਆਈ ਯੂ ਆਰ
ਗੱਲ ਮੈਂ ਇਹ ਕਰਨੀ ਆ ਮੁੜ ਹੁਣ ਬਣੇ ਅਲ ਵੀ ਕੁਝ ਵੇਖ ਅਲੀ ਖਾਨ ਵੱਡਾ ਸਾਰੇ ਓ ਕਰਮਾ ਲਾ ਹੁਣ ਨੌਕਰੀ ਤੇ ਹਲਤੇ ਲੱਗਾ ਹਾਂ ਨੌਕਰੀ ਤੇ ਤਾਂ ਲੱਗ ਗਿਆ ਨਾ ਤੇ ਮੈਂ ਕਿਹੜਾ ਪਿਆ ਨੀ ਪਰਨਾ ਕੇ ਲਾਏ ਜਾ ਕੋਈ ਨਿਸ਼ਾਨੀ ਸ਼ਿਸ਼ਾਨੀ ਰੱਖ ਲਾ ਨਾ ਤੇ ਚਲੋ ਮੁੜ ਦੋਵੇਂ ਭੈਣਾਂ ਇੱਕ ਦੂਜੇ ਨਾਲ ਦੁੱਖ ਸੁੱਖ ਦੀ ਕਰ ਬਸਾਂ ਇੱਕ ਦੂਜੇ ਦੀ ਖਬਰ ਲਾਏ ਬਸਾਂ ਮਲੰਗੀ ਨੂੰ ਕੋਈ ਨੀ ਇਤਰਾਜ਼ ਮਲੰਗੀ ਤਾਂ ਅੱਧਾ ਪਿਆ ਵੀ ਮੇਰੀ ਸਾਲੀ ਨਾਲ ਧੀ ਦਾ ਰਿਸ਼ਤਾ ਹੋ ਜਾਵੇ ਮੈਨੂੰ ਤਾਂ ਕਾਈ ਪਰਵਾਹ ਹੀ ਕਾਈ ਨੀ ਚਲੋ ਠੀਕ ਹੈ ਮੇਰੀ ਭੈਣ ਮੈਂ ਅਲੀ ਪੁੱਤਰ ਨਾਲ ਗੱਲ ਕਰ ਲਵਾਂ ਹਾਂ ਮੈਂ ਮੁੜ ਤੇਰੀ ਧੀ ਦਾ ਕਹਿੰਦਾ ਜਿਹੜਾ ਪਿਆ ਨਹੀਂ ਹੈ ਨਾ ਸਲਮਾ ਧੀ ਦਾ ਇਹ ਉਹਦਾ ਪਿਓ ਮਰਨ ਤੋਂ ਪਹਿਲੇ ਮੇਰੀ ਭੈਣ ਕੀਤਾ ਹੋਇਆ ਹਾਂ ਮੁੜ ਹੁਣ ਮੈਂ ਕਿਵੇਂ ਉਹ ਦੀਓ ਸਾ ਕੇ ਆਖਾਂ ਮੋੜ ਮੈਂ ਤਾਂ ਮੇਰੀ ਭੈਣ ਨੇ ਤਾਂ ਬਹਿ ਕੇ ਦੁਆ ਕਰੇਨੀ ਕਿ ਅੱਲਾ ਕੋਈ ਨੇਕ ਸਵਾਬ ਬਣਾਵੇ ਤਾਂ ਕੋਈ ਇਨਸ਼ਾਅੱਲਾ ਲਾਇਕ ਘਰ ਮਿਲੀ ਆ ਪਰ ਨਸੀਬਾਂ ਨਸੀਬ ਆਉਂਦੇ ਨੇ ਧੀਆਂ ਦੇ ਆਪਣੇ ਆਪਣੇ ਜੀ ਕਿਸਮਤ ਉਸ ਦੀ ਤੇ ਬਾਕੀ ਮੁੜ ਹੁਣ ਤੈਨੂੰ ਪਤਾ ਹੈ ਚੰਗੀ ਤਰ੍ਹਾਂ ਮੇਰੀ ਧੀ ਤਾਂ ਇੱਥੇ ਵਾਰਵੇਂ ਪਾਣੀ ਪੀਂਦੀ ਹੈ ਹੈ ਨਾ ਉਹਦੀ ਤਾਂ ਇਹੀ ਕੋਸ਼ਿਸ਼ ਹੈ ਕਿ ਮੈਂ ਜਿਹੜਾ ਨਾ ਮਾਸੀ ਵੱਲ ਮੇਰਾ ਰਿਸ਼ਤਾ ਹੋ ਜਾਵੇ ਸ਼ੋਅਰ ਜ਼ਹਿਰੀ ਗੱਲ ਹੈ ਜਿੱਥੇ ਮੇਰਾ ਫੈਸਲਾ ਉਹ ਫੈਸਲਾ ਹੋਣਾ ਇੱਕ ਦੋ ਵਾਰੀ ਐਸਾ ਕੰਨਾਂ 'ਤੇ ਸੱਟੀ ਹੈ
ਕਾਈ ਨਹੀਂ ਬੋਲੀ ਹੱਸ ਕੇ ਅੰਦਰ ਵਗ ਗਈ ਮੁਰ ਤੈਨੂੰ ਪਤਾ ਸ਼ਰਮ ਆ ਰਹੀਆਂ ਦੀਆਂ ਸ਼ਰਮ ਆ ਵੈਂਦੀਆਂ ਹਾਂ ਇੰਨੀ ਗੱਲ ਇੰਨੀ ਗੱਲ ਸਲਾਮ ਅਲੈਕੁਮ ਆਇਆ ਖਲੇ ਕੀ ਹਾਲ ਹੈ ਮੇਰੇ ਹਾਲ ਹੋ ਠੀਕ ਹੋ ਉਹ ਠੀਕ ਹੋ ਨਹੀਂ ਆਇਆ ਆਇਆ ਬੈਠੇ ਪੁੱਛਸ ਮੈਂ ਕਿੰਨੀ ਵਾਰੀ ਫੋਨ ਕੀਤਾ ਮੇਰੀ ਭੈਣ ਇੰਨੇ ਇਤਰਾਜ਼ ਕਰਦੀ ਦੱਸਿਆ ਬੈ ਹੁਣ ਮੈਂ ਉਹਦੇ ਕੰਮ ਹੁੰਦਾ ਮੁਨ ਕੱਲ ਮੈਂ ਪੁੱਛੇ ਆਈ ਮੈਂ ਕਿ ਮੇਰੀ ਭੈਣ ਦੀਆਂ ਕਾਲ ਆਉਂਦੀਆਂ ਰਹੀਆਂ ਮੁਰ ਦੱਸਦਾ ਪੁੱਛਦਾ ਕੋਈ ਉਹਨਾਂ ਦੇ ਪੈਦਾ ਮੈਂ ਢਾਰੀ ਦੀ ਡੋਰੀ ਤੇ ਹੁੰਨਾ ਕਦੀ ਪੱਠਿਆਂ ਲੋਸ ਲੈ ਕਾਲ ਆਉਂਦੀ ਤੇ ਮੁਰ ਬੁੱਢਾ ਬੰਦਾ ਤੈਨੂੰ ਪਤਾ ਘਰ ਆਉਂਦੇ ਆ ਕੋਲ ਨਿਕਲੋਸ ਉਹ ਬਿਲਕੁਲ ਭੁੱਲ ਵੈਂਦਾ ਗੱਲ ਅੱਛਾ ਮੌਕਾ ਸਾ ਪਕਾਉਗੂ ਨੂੰ ਹਾਂ ਤੇ ਉਹ ਤਾਂ ਪਕਾਈਂਦੀ ਪਈ ਤੇ ਪਾਣੀ ਫਾਦ ਲਿਆ ਉਹ ਮੇਰਾ ਬਣਵਿਆ ਤੂੰ ਠੀਕ ਰਹਿਣਾ ਮੈਂ ਤਾਂ ਠੀਕ ਹਾਂ ਤੇ ਮੇਰੀ ਧੀ ਕੀ ਜਦ ਅੰਦਰ ਵਧੀਆਂ ਨਾ ਆਈ ਵਧੀਆ ਕੰਮ ਤਾਂ ਵਗ ਗਿਆ ਨੌਕਰੀ ਤੇ ਖੈਰ ਦਾ ਕਰਮਾਲ ਆ ਅੱਛਾ ਤੇ ਉਹ ਜਿਹੜਾ ਹੈ ਨਾ ਬਾਕੀ ਜਿਹੜਾ ਆ ਪਾਇਨ ਮਿਲਣ ਵਾਸਤੇ ਚਲੋ ਭਲੋ ਉਹਨੇ ਮੈਂ ਕੋ ਪਾਣੀ ਦਾ ਕਰ ਲਵਾਂ ਕੋਈ ਨਾ ਹੀ ਪਾਣੀ ਦੀ ਲੋੜ ਅੱਲਾ ਮਾਫੀ ਦੇਵੇ ਹਾਂ ਹੋਰ ਮੋੜ ਸੁਣਾ ਤਬੀਅਤ ਠੀਕ ਰਹਿੰਦੀ ਹੈ ਹਾਂ ਸ਼ੁਕਰ ਅਲਹਮਦੁਲਿਲਾ ਮੇਰੀ ਬਣਈਆ ਲੱਤ ਨੂੰ ਥੋੜਾ ਮਸਲਾ ਹੀ ਮੂੰ ਇਹ ਜ਼ਿਆਦਾ ਦੇਰ ਤੁਰਾਂ ਤੇ ਆ ਨਾੜੀ ਸਾਰੀਆਂ ਗੁੱਛੇ ਬਣ ਵੈਂਦੀਆਂ ਨੇ ਇਦੂ ਵੇਦੀ ਪਈ ਆਹ ਪਤਾ ਨਹੀਂ ਉਹਨੇ ਡਾਕਟਰ ਮੋੜ ਪਿਆ ਦੇ ਨੇ ਮੋੜ ਆਪਰੇਸ਼ਨ ਉਸੇ ਤੋਬਾ ਬੜੀ ਪਰੇਸ਼ਾਨ ਆ ਇਸ ਤੋਂ ਮੈਂ ਆ ਲੱਤ ਜਿਹੜੀ ਹੈ ਨਾ ਇਹ ਨਹੀਂ ਪਈ ਸਾਥ ਦਿੰਦੀ ਉਹੀ ਤਾਂ ਚੰਗੀ ਬਲੀ ਹੈ ਸ਼ੁਕਰ ਅਲਹਮਦੁਲਿਲਾ ਘਰ ਦਾ ਵੀ ਕੋਈ ਥਾਲੀ ਸਿੱਧੀ ਕਰ ਬਣਨੀ ਹੈ ਮੈਂ ਤੂੰ ਕੋਈ ਹੋਰ ਕਰ ਲੈ ਤਾਂ ਕਈ ਦੱਸ ਪੁੱਛ ਲਾ ਕਈ ਜ਼ਿਹਨੇ ਚ ਹੋਰ ਦਲੀਲ ਬੰਦੇ ਦੇ ਹੁੰਦੀ ਨਹੀਂ ਕੋਈ ਨਹੀਂ ਮੇਰੀ ਬਣਾ ਲਤੀ ਕਿ ਮੈਂ ਤਾਂ ਕੀਤਾ ਹੀ ਕੋਈ ਨਹੀਂ ਆ ਦੀ ਤੇਰੀ ਜਿਹੜੀ ਇਹਨੇ ਬਣੇ ਹੀ ਤੇਰੀ ਹਾਂ ਇਸ ਦਾ ਪਿਓ ਕੀਤਾ ਹੋਇਆ ਯੂ ਬਚਪਨ ਦੇ ਵਿੱਚ ਤੇ ਮੁੜ ਉਦੋਂ ਸਾਹਬ ਨਾਲ ਮੇਰੀ ਭੈਣ ਮੈਂ ਨਹੀਂ ਮੋੜ ਸਕੀ ਆਖਿਰ ਇਹਦਾ ਪਿਓ ਮਰ ਗਿਆ ਉਹਦੀ ਕਬਰ ਨੂੰ ਤਾਂ ਕੁਝ ਵੇਖਣਾ ਮੈਂ कबूतर मेरा उड़ के आया ते मैं वेख लवा ਛੱਤੇ ਹਾਂ ਸਾਰੇ ਅੱਜ ਚੌਥਾ ਦੇ ਬਾਰਿਸ਼ਾਂ ਲੱਗੀਆਂ ਥੱਲੂ ਛੱਤਾਂ ਨੇ ਗਲੀਆਂ ਖਲੋਤੀਆਂ ਹਾਂਜੀ ਤੇ ਭੋਂ ਤੇ ਆ ਪੌਸੇ ਤੈਨੂੰ ਪਤਾ ਹੈ ਅੱਗੋਂ ਮੇਰਾ ਮਰੋ ਤੂੰ ਅਜਾ ਨਿਕੰਮਾ ਇਸ ਤੇ 6 ਮਹੀਨੇ ਛੱਤ ਕਾ ਨਹੀਂ ਪਵਾਵਣੀ ਉਹ ਜੀ ਮੈਂ ਉੱਤੇ ਨਹੀਂ ਛੱਡਦਾ ਹਾਂ ਤੇ ਮੈਂ ਪਹਿਲੇ ਖੁੱਡੀ ਚੁਵੇ ਨਾ ਜੇ ਹੈ ਤਾਂ ਨਹੀਂ ਤੇ ਮੋੜ ਮੈਂ ਉੱਤੂ ਕਵੱਟਾ ਛੱਟਾ ਮਾਰ ਕੇ ਉਡਾ ਲੈਣਾ ਉਹ ਜੀ ਆਪਣੇ ਕਬੂਤਰ ਢੱਕੇ ਪੈਨੇ ਹੁੰਦੇ ਕੀ ਕਰਨਾ ਮੈਂ ਤਾਂ ਕੱਜੇ ਕੇ ਨਹੀਂ ਅਜੇ ਚਲੋ ਮੈਂ ਫੇਰ ਦਾ ਥਾਂ ਜੀ ਚਲੋ ਠੀਕ ਹੈ ਵੇਖ ਲਾ ਮੋ ਮੈਂ ਹੁਣ ਤੂੰ ਕੋਈ ਥੱਥਾ ਥੋੜੀ ਹੈ ਤੂੰ ਕਰ ਲਾ ਚੰਗਾ ਜੀ ਉਡਾ ਛੱਡਿਆ ਮੈਂ ਗਾਂ ਘਰ ਵਗ ਗਿਆ ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਮੈਂ ਗੱਲ ਕਰ ਛੱਡੀ ਤੂੰ ਥੱਥਾ ਤਾਂ ਕੋਈ ਨੂੰ ਰਾਂਦੀ ਤੂੰ ਕਰ ਲਾ ਹੁਣ ਮੈਂ ਕਰੇ ਨਾ ਗੱਲ ਸੁਣ ਹੋਰ ਮੇਰਾ ਵੀਰਾ ਭਾਈ ਆ ਪੋਤਰ ਮੈਂਦੇ ਮੈਂ ਆਪਣਾ ਪੋਤਰ ਬਣਾਵਣਾ ਮੇਰੀ ਭੈਣ ਤੇ ਅੱਲਾ ਸਾਡੀ ਵੀ ਫਰਿਆਦ ਸੁਣੇ ਤੇ ਨੇਕ ਸਿਤਾਰੇ ਲੱਗੇ ਨਾ ਆਪਾਂ ਇੱਕ ਦੂਜੇ ਨਾਲ ਟਕਰਾਵੇਂ ਨੋ ਦਿੱਲੂ ਹਾਂ ਕਰ ਤੇ ਬੈੜੀ ਨਾ ਪਾਓ ਮੈਂ ਤਾਂ ਟਰੱਕ ਸਮਾਨ ਦਾ ਦੀ ਨੂੰ ਦੇਵਣਾ ਹੈ ਉਹ ਸਮਾਨਾਂ ਦੀ ਕਾਇ ਨਹੀਂ ਲੋੜ ਮੇਰੀ ਭੈਣ ਸਮਾਨ ਤੇਰੇ ਘਰ ਪਿਆ ਰਵਈਆ ਮੇਰੇ ਘਰ ਪਿਆ ਕੋਈ ਫਰਕ ਨਹੀਂ ਹੈ ਕਰਮਾ ਵਾਲਾ ਆਉਣ ਵਾਲਾ ਛੁੱਟੀ ਅਗਲੇ ਹਫਤੇ ਨੂੰ ਜਾਂ ਕੱਲ ਪਰਸੋਂ ਤਾਂ ਸ਼ਾਇਦ ਮੈਨੂੰ ਫੋਨ ਤੇ ਗੱਲ ਹੋ ਗਈ ਨਾ ਤਾਂ ਮੁੜੋ ਮੈਨੂੰ ਦੱਸੇ ਸੀ ਉਹ ਮੱਝੀ ਨਹੀਂ ਦੇਵਣੀ ਆ ਪੁੱਤਰ ਨੂੰ ਉਹ ਮੇਰਾ ਵੀਰਾ ਉਹ ਮੈਂ ਤੈਨੂੰ ਪਤਾ ਇਹੋ ਜਿਹੀ ਗੱਲ ਮੇਰੇ ਜ਼ਿਹਨ 'ਚ ਕਾਈ ਨਹੀਂ ਮੈਂ ਤੈਨੂੰ ਆਖਿਆ ਨਾ ਮੇਰੀ ਭੈਣ ਨੂੰ ਲਾਲਚ ਸਮਾਨ ਦਾ ਕੋਈ ਲੋੜ ਕਾ ਅੱਗੇ ਢੇਕ ਲੱਗੇ ਪੈਣ ਸਮਾਨ ਨਾਲ ਜ਼ਿੰਦਗੀ ਹੋ ਵੀ ਜ਼ਿੰਦਗੀ ਹੋ ਵੀ ਮੇਰੇ ਦਿਲ ਦੀ ਤਾਂ ਖਾਇਸ਼ ਹੈ ਮੇਰੀ ਹੈ ਭੈਣ ਤੇਰੀ ਨਾ ਕਬੜੀ ਵੇ ਅਗਾ ਕਰਮਾ ਦੇ ਤੈਨੂੰ ਪਤਾ ਸਰਕਾਰੀ ਨੌਕਰੀ ਹੋਣ ਲੱਗੀ ਸ਼ੁਕਰ ਸ਼ੁਕਰ ਬਹੁਤ ਕੁਝ ਰੱਬ ਦੇ ਸੀ ਤੇ ਬਸ ਬੜਾ ਮੁਕਦਾ ਹੀ ਨਹੀਂ ਭੈਣ ਦੀ ਅੱਲਾ ਦਾ ਸ਼ੁਕਰ ਹੀ ਨੇ ਤੇ ਮੌਲਾ ਢੇਰ ਦੀ ਦੇ ਤੇ ਮੇਰੀ ਤਾਂ ਦੁਆ ਤੇ ਮੈਂ ਕਦੀ ਤੇ ਬਰੋਟਾ ਬੈਠਾ ਹੈ ਤੇਰਾ ਮਾਂ ਨੂੰ ਸਮਾਲੀ ਵਸੀ ਹੋਰ ਤਾਂ ਗੱਲ ਕਾਈ ਨਹੀਂ ਹਾਂ ਅੱਲਾ ਜ਼ਿੰਦਗੀ ਕਾਈ ਨਹੀਂ ਨਹੀਂ ਮੇਰੀ ਦਿਲ ਨੂੰ ਹਾਂ ਹੈ ਮੇਰੀ ਭੈਣ ਮੇਰੀ ਹਾਂ ਹੈ ਮੇਰੇ ਪੁੱਤਰ ਨੂੰ ਆਵਣ ਦੇ ਨਿਸ਼ਾਨੀ ਰੱਖ ਲਈ ਨੇ ਚਲੋ ਬਣ ਅੰਦਰ ਚਲੀਏ ਚਲੋ 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 ਅੰਦਰ ਚਲੋ ਓਏ ਹੋਏ ਹੋ ਠੀਕ
ਬੰਬੜ ਬਰਾਂ ਪਤੀਲਾ ਫੱਦੀ ਹਾਂ ਫੱਦੀ ਆ ਉੱਠੀ ਖਲੋ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਖੈਰ ਆ ਛੋਰ ਪੈਂਦਾ ਵੀ ਤੁਹਾਨੂੰ ਆਪਣਾ ਲੰਬਰਦਾਰ ਸਦਿੰਦਾ ਪਿਆ ਸਦਵਾਇਆ ਤੈਨੂੰ ਜੀ ਹੁਕਮ ਹੈ ਕੋਈ ਗੱਲ ਇਹ ਛੋਰਾ ਜਿਹੜਾ ਪਿੰਡ ਹੈ ਨਾ ਜੀ ਮੇਰਾ ਇਹ ਨਹੀਂ ਸ਼ਰੀਫ ਗਿਆ ਤੈਨੂੰ ਪਤਾ ਹੋਣਾ ਚਾਹੀਦਾ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਜੀ ਤੈਨੂੰ ਮਤਲਬ ਬੜਾ ਮੈਂ ਸਮਝਾ ਦਿੰਦਾ ਮੈਂ ਇਸ ਪਿੰਡ ਦਾ ਨੰਬਰਦਾਰ ਹਾਂ ਅਤੇ ਜੀਵਨ ਖਾਨ ਮੇਰੇ ਨਾਂ ਤੇਰੇ ਮੈਨੂੰ ਉਲਾਮੇ ਸ਼ੁਲਾਮੇ ਸੁਣਦਾ ਵਾ ਨਾ ਪਿੰਡ 'ਚ ਉਹ ਨੰਬਰਦਾਰ ਜੀ ਗੱਲ ਇਹ ਹੈ ਭਾਈ ਤੁਹਾਨੂੰ ਪਤਾ ਹੈ ਚਾਰ ਦਿਨ ਜਿਹੜੇ ਜਵਾਨੀ ਦੇ ਹੁੰਦੇ ਨਾ ਇਹ ਅੰਨੇ ਹੁੰਦੇ ਨੇ ਅਤੇ ਉਹਨਾਂ 'ਚੋਂ ਬੱਚੇ ਗਲਤੀਆਂ ਕਰਦੇ ਰਹਿੰਦੇ ਜੇ ਕੋਈ ਅਸਾਂ ਵੀ ਕੀਤੀ ਹੈ ਤਾਂ ਕੋਈ ਨਵੀਂ ਗੱਲ ਤਾਂ ਨਹੀਂ ਸਹੀ ਸਹੀ ਪਿਆਣਾ ਮੈਂ ਪੁੱਤਰ ਸਹੀ ਪਿਆਣਾ ਤੂੰ ਮਗਰ ਮੈਂ ਬੰਦੇ ਦੀ ਖਾਲੀ ਲਾ ਲੈਂਦੋ ਨਾ ਭੁੱਖਿਆ ਕਰਕੇ ਤੈਨੂੰ ਮੈਂ ਟੰਗ ਛੋੜਨਾ ਤਾਂ ਤੈਨੂੰ ਛੁਡਾਉਣਾ ਹੀ ਕਿਸੇ ਨਹੀਂ ਤੂੰ ਮੇਰਾ ਵਾਕਿਫ ਹੀ ਨੂੰ ਬਣਿਆ ਹੋਇਆ ਜਵਾਨੀ ਹੈ ਤੇ ਜਵਾਨੀ ਹੈ ਘਰ ਮਰੋ ਜਵਾਨੀ ਲੈ ਕੇ ਖਬਰਦਾਰ ਜੀ ਮੈਂ ਤਾਂ ਪਿੰਡ 'ਚ ਕਿਸੇ ਗਲੀ 'ਚ ਨਹੀਂ ਵੇਖਿਆ ਮੈਂ ਪੁੱਠੀ ਖਾ ਲਾ ਲਈ ਸਾਂ ਜਵਾਨੀ ਹੈ ਜੀ ਗਲਤੀਆਂ ਕਰ ਲੈਂਦੇ ਨੇ ਬਾਲ ਪਤਾ ਹੀ ਗਲਤੀ ਦੀ ਸਜ਼ਾ ਕੀ ਹੁੰਦੀ ਹੈ ਕਦੀ ਜੀਵਨ ਖਾਨ ਦੀ ਸਜ਼ਾ ਤੋਂ ਬੱਚੀ ਸੁਣਿਆ ਕਿ ਤੈਨੂੰ ਟਪਾ ਤਾਂ ਨੂੰ ਛੱਡੀ ਮੇਰੀ ਗੱਲ ਜੀ ਸੁਣ ਲਈ ਆਇੰਦਾ ਵਾਸਤੇ ਇਸ ਪਿੰਡ 'ਚ ਤੂੰ ਕਿਸੇ ਗਲੀ 'ਚ ਮੈਨੂੰ ਨਜ਼ਰ ਆ ਗਿਓ ਜਾਂ ਮੈਨੂੰ ਕਿਸੇ ਦੱਸਿਆ ਬਸ ਗਲੀਆਂ ਅੰਨੇ ਫਿਰਦਾ ਵਾ ਦਾ ਹੁਣ ਜੀ ਮੇਰਾ ਘਰ ਹੈ ਪਿੰਡ ਦੇ ਵਿੱਚ ਮੈਂ ਘਰ ਤਾਂ ਨਹੀਂ ਨਾ ਛੱਡ ਕੇ ਜਾ ਸਕਦਾ ਘਰ ਨਾ ਛੱਡ ਅਸੀਂ ਨਹੀਂ ਅਜੇ ਘਰ ਬਹੋ ਮੇਰਾ ਪੁੱਤਰੋ ਧੰਦੇ ਕਰੋ ਆਏ ਅਵਾਰਾ ਫਿਰਨਾ ਗਲੀਆਂ ਛੱਡ ਦਿਓ ਜੀਵਨ ਖਾਨ ਨੰਬਰਦਾਰ ਦਾ ਪਿੰਡ ਠੀਕ ਹੈ ਜੀ ਮੈਂ ਨਹੀਂ ਠੀਕ ਹੋ ਗਿਆ ਇਸ ਗੱਲ ਵਾਸਤੇ ਮੈਂ ਤੈਨੂੰ ਸਦਾਇਆ ਜੀ ਅਤੇ ਇਹ ਗੱਲ ਮੈਂ ਤੈਨੂੰ ਬੜੇ ਪਿਆਰ ਨਾਲ ਹੁਣ ਕੀਤੀ ਹੈ ਅਤੇ ਜਿੱਦਾਂ ਮੈਂ ਦੂਈ ਗੱਲ ਕਰਨ ਦੌੜਨਾ ਉਹ ਹੋਰ ਤਰੀਕੇ ਦੀ ਹੁੰਦੀ ਹੈ ਜਾ ਬਸ ਇਹ ਆ ਗੱਲ ਮੈਂ ਤੈਨੂੰ ਕਰਨੀ ਲਵਾ ਖੂਨ ਹੈ ਜੀ ਗਲਤੀ ਕਰ ਬੰਦਾ ਲੰਬਰਦਾਰ ਤੰਬਰਦਾਰ ਲੰਬਰਦਾਰ ਖੁਦਾ ਆਪਣੇ ਆਪ ਨੂੰ ਸਮਝਣਾ ਅੱਗੇ ਤਾਂ ਮੈਂ ਕਰਾਂ ਜਾਂ ਨਾ ਕਰਾਂ ਲੇਕਿਨ ਹੁਣ ਮੈਂ ਤੇਰੇ ਪਿੰਡ ਦੇ ਵਿੱਚ ਤੈਨੂੰ ਕਰਕੇ ਦਿਖਾਉਣਾ ਤੈਨੂੰ ਇਹ ਤਾਂ ਪਤਾ ਲੱਗੇ ਨਾ ਕਿ ਮੇਰਾ ਵੀ ਕਿਸੇ ਸਾਹਮਣਾ ਕੀਤਾ ਕੀ ਕਰਾਂ ਮੈਂ ਤਾਂ ਬਾਈ ਦੀ ਵਜ੍ਹਾ ਤੋਂ ਪਰੇਸ਼ਾਨ ਹਾਂ ਪਤਾ ਨਹੀਂ ਮੇਰੇ ਵੀਰਾ ਮੈਨੂੰ ਕਿਹੜੇ ਵਕਤਾਂ 'ਚ ਪਾਸ ਹੋ ਰਿਹਾ ਪੁੱਤਰ ਕੀ ਹਾਲ ਹੈ ਠੀਕ ਠਾਕ ਚਾਚਾ ਹੋਰ ਸੁਣਾਓ ਅੱਲਾ ਦਾ ਸ਼ੁਕਰ ਹੈ ਚਾਚਾ ਤੁਸੀਂ ਸੁਣਾਓ ਠੀਕ ਹੋ ਆਸਿਫ ਕਿਤੇ ਗਿਆ ਓਏ ਬਾਹਰ ਨਿਕਲੇ ਹੋਏ ਆਈ ਪੁੱਤਰ ਮਹਿਮਾਨ ਆਏ ਬੈਠੇ ਕੌਲਾ ਬਰਫ ਦਾ ਦਿਓ ਚਾ ਚਾਚਾ ਪਤਾ ਕੀ ਹੈ ਕੱਲ੍ਹ ਬਾਰਿਸ਼ ਆਈ ਹੈ ਨਾ ਤੇ ਕੱਲ੍ਹ ਹੋ ਕੇ ਬਿਜਲੀ ਖਰਾਬ ਹੋਈ ਹੈ ਅਤੇ ਬਿਜਲੀ ਆਈ ਕੋਈ ਤੇ ਬਰਫ ਤਾਂ ਹੋਣੀ ਕੋਈ ਤੇ ਖੈਰ ਆਈ ਚਾਚਾ ਮੇਰੀ ਸਾਲੀ ਆਈ ਹੋਈ ਤੇ ਕਾਕੀ ਆਈ ਹੋਈ ਹੈ ਉਹਦੀ ਅੱਛਾ ਉਹ ਮਹਿਮਾਨ ਆਇਓ ਨਹੀਂ ਚਾਚਾ ਬਿਜਲੀ ਕੋਈ ਨਹੀਂ ਹੈ ਹੁੰਦੀ ਤਾਂ ਵੱਤ ਬਰਫ ਮੈਂ ਦੇ ਛੋੜਨੀ ਆਈ ਤੁਹਾਨੂੰ ਚਲੋ ਠੀਕ ਹੈ ਉਹ ਤਾਰ ਸਾਡੀ ਖਰਾਬ ਹੋਈ ਖਲੋਤੀ ਤਾਂ ਚਾਚਾ ਤਾਂ ਸੀ ਬਿਜਲੀ ਸਾਡੇ ਤਾਂ ਹੈ ਬਿਜਲੀ ਅੱਛਾ ਅੱਛਾ ਮੇਰਾ ਬੋਲ ਠੀਕ ਚਾਚਾ ਮਲੰਗੀ ਆਇਆ ਬਰਫ ਲੈਣ ਕੇ ਸੁਚੇਂਦਾ ਸੀ ਕੀ ਕਰਾਂ ਹੁਣ ਮੈਂ ਤਾਂ ਮਜਬੂਰ ਹਾਂ ਬਿਜਲੀ ਜੀ ਕੋਈ ਨਹੀਂ ਹੈ ਭਾਈ ਮਲੰਗੀ ਲੱਗਿਆ ਜਾਂਦਾ ਖੈਰ ਆ ਬਰਫ ਲੈਣ ਆਇਆ ਹਾਈ ਤੇ ਉਹਨੂੰ ਮੈਂ ਕਿਹਾ ਤਾਰ ਸਾਡੀ ਖਰਾਬ ਹੈ ਤੇ ਫਰਿੱਜ ਬੰਦ ਪਈ ਹੈ ਤੇ ਬਰਫ ਕਿੱਥੋਂ ਦੇਵਾਂ ਤੁਹਾਨੂੰ ਉਹ ਕਮਲੀ ਆ ਉਹਨੂੰ ਕੱਢ ਕੇ ਦੇ ਛੱਡਣੀ ਆਈ ਹੈ ਜਿਹੜੀ ਪਈ ਆ ਉਹ ਤਾਂ ਦੇ ਛੱਡਿਆ ਕੋਈ ਸ਼ੇ ਹੀ ਕਾਣੀ ਖਾਲੀ ਕੋਲੇ ਪਾਣੀ ਦੇ ਭਰੇ ਪੈਣ ਤੇ ਪਾਣੀ ਦੇ ਛੱਡਿਆ ਠੱਡਾ ਕਿਸੇ ਉਮੀਦ ਤੇ ਹੀ ਆਇਆ ਨਾ ਪਾਣੀ ਠੰਡਾ ਹੈ ਵੀ ਕੋਈ ਨਾ ਮੈਂ ਕਿਹਨੂੰ ਦੇਵਾਂ ਹਾ ਅਲਾ ਸਰਦਾਰਾਂ ਖਲੀ ਬਾਹਰੋ ਉਹ ਪਿਆਂਦੀ ਵੀ ਮਾਂ ਨੂਰ ਨੂੰ ਸਾਧੋਰਾ ਕਿਦੇ ਪਿਆਂਦੀ ਮੁਕਾਨ ਜਾਵਣਾ ਸੇ ਉਹ ਮੁਕਾਨ ਨਾ ਹੀ ਜਾਣਾ ਉਹ ਥਾਈ ਉਹਦੀ ਦੋਸਤ ਹੈ ਭਈ ਤੇ ਉਹਨਾਂ ਉਹਦੀ ਮਾਂ ਬਿਮਾਰ ਹੈ ਉੱਦੇ ਜਾਣਾ ਤੇ ਅਸਾਂ ਨਾਲ ਪਰ ਬਾਜ਼ਾਰ ਆਈ ਤੇ ਮੈਂ ਸੌਦੇ ਲਈ ਆਮ ਸਾਂ ਚਲੋ ਠੀਕ ਹੈ ਹਾਂ ਤੇ ਆਪਣਾ ਖਿਆਲ ਰੱਖੀ ਠੀਕ ਹੈ ਤੇ ਰੋਟੀ ਪੱਕੀ ਪਈ ਤੇ ਰੋਟੀ ਟਾਈਮ ਨਾਲ ਖਾ ਲਵੀਂ ਬਸ ਮੂੰਹ ਮੂੰਹ ਆੜ ਕੇ ਬੈਠਾ ਰਵੀਂ ਚਲੋ ਮੈਂ ਖਾ ਲੈਣਾ ਤੂੰ ਵੀ ਧਿਆਨ ਨਾਲ ਜਾ ਹਾਂ ਠੀਕ ਹੈ ਅਗੇ ਡੇਮ ਨਾ ਮੈਂ ਤੇ ਬੂਹੇ ਤਾਂ ਸਾਰਾ ਗੰਦਾ ਨਹੀਂ ਵਾਹ ਕੇ ਕੁਝ ਬਲੋ ਟੁੱਕਰ ਹੀ ਨਹੀਂ ਰੱਜ ਕੇ ਖਾਵਾਂ ਦਿੱਤਾ ਇੱਧੇ ਬਾਹਰ ਜਾ ਪਰ
ਫਰਿੱਜ ਸਾਰਾ ਮਿੱਟੀ ਨਾਲ ਗੰਦਾ ਹੁੰਦਾ ਪਿਆ ਥੱਲੋਂ। ਉਹ ਮੇਰੀ ਭੈਣ ਡਾਰੀ ਤੇ ਬਾਣਾ ਹੁਣ ਇੰਜ ਕਰੋ ਨਾ ਇਹ ਤਾਂ ਪਾਈਏ ਉਠੀ ਵੀ ਉਦੋਂ ਹੋ ਜਾਵੀਏ ਕਿਦੋਂ ਲੈ ਨਾ ਹੀ ਜਾਮਣਾ ਬਾਜ਼ਾਰ। कपड़े सिज गए पसीने नाल तौबा 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 बाल वध्या मलंगी वधा सुना मुड़ कोई है खर्चा खुर्चा दें कोई ना नहीं दिन दिन सौरा मेरा भी दें देर मेरे सही करें दे पेन गुजारा सही चलता पे अगम हूँ तेन पता अगर मेरी भैन आस लग गई है अल्लाह जिंदगी करे अली माई की हूँ ओदी लग गई नौकरी अगम जिम्मे महीने गुजरसन तनखा ओदी आँदी रस हाँ ये तो गल है चंगी गल है नहीं बड़े चंगे नो इन मैं क्यों मुकाला करा बंदा खा के तो नहीं किसी का गाल कड़नी चाहिए चंगा किते मेरी भैन दोवे पैर जमाई बैठी घर के नहीं तो अज जड़े अज हालात होए खलोते न अगले वे दिन बी हूँ तो रंजन हो गई विराज या पुत्र साडा गया मर असी क्यों ना हो भी है जल्दी जल्दी इतू पर इनू इत भजावन आली करिए सही है नहीं नहीं मैं अज ताई ना वो वड्डिया ला ओदा मिले हो शुक्र अल्हम्दुलिल्लाह शुक्र है सौरा मेरे दा भला होवे जद तक जींदा है ना पिछे तो मुड़ तेन पता है जो साके खेड़ा है किस्मत दी हां ये गलत है देर मुड़ तेन पता है का दिराणियां मुड़ हर किसे दे अपने अपने बुवे होवन हला अज लगा खला है हफ्ता बस हां मेरा दिल टोर उठो को दो चार सूट लाए दिवाऊं छेर कान ते तेरे कान नहीं कोई नहीं मेरी भैन सारे कपड़े पाए न काई नहीं लोड ओन को सजा के वेनिया उठी को जा वेखौनिया मेरा जो दिल ले के अल्लाह दा शुक्र है मेनू केड़ा भूख है मेरी भैन इथे भैड़ा ये चंगा फिर मेरे ता सिर दा साई है ते जेड़ा है ना मुड़ छोरी को समझाई जा मुड़ घरे बवे नहीं मेरी छोर ते थाई घरे वदी है हां पता नहीं मोर तू अपने की पूछ काकी थाई घरे बगा मेरी देर आ मैं बाजार जाऊं मैं भी ले चल लो नहीं कोई नहीं तो ले चल रान दा तो के करना मासी तू सी आखा जा हला आज तोरे तोरे आ किधर गई पता नहीं बुशरा के करना आ या तो है नहीं बुशरा हां जी अम्मी हां जी आला मेरे ती मैं वेंदी पईया हां इथे बाजार टिके मासी तेरे को दो त्रै कपड़े ला के देवने सूट हो ते नाल सलमा दे ते कि मैं घर अकेली छड्डी जानी है ठारी पता है मलंगी ने मोड़ घरे छड्डी नहीं अबू घर ही है ना मोड़ मैं बाजार जांदी कोई नहीं ना नाले मैं कदी नहीं थी लाए के गई ठीक है मेरी आए उतला उत्ते करके रहिंदा मेरा पुत्तर ठीक है मेरी जगह दे दियो बाज के पा दी मैं सती आंदा दियां दा उतला ਤੇ ਜਿਹਦਾ ਦੀਆਂ ਦੇ ਉਤਲੇ ਲੱਥੇ ਹੋਣ ਮੋੜ ਮਾਪਿਓ ਤੇ ਕੇ ਬੀਤਦੀ ਹੈ ਮੇਰੀ ਚਲੋ ਠੀਕ ਹੈ ਚੰਗਾ ਅੰਦਰ ਆ ਫ੍ਰਿਜ ਦਾ ਉੱਤੇ ਮੇਰਾ ਪਿਆ ਹੀ ਫੋਨ ਹੋ ਪਿਓ ਵਾਲਾ ਤੇ ਉਹ ਕੋਈ ਕਾਲ ਆਵੇ ਤਾਂ ਤੋਏ ਨਹੀਂ ਸੁਣਨੀ ਠੀਕ ਹੈ ਮੈਂ ਹਾਂ ਚੰਗਾ ਅੱਲਾ ਨੂੰ ਸੌਂਪੇ ਕੀ ਹਾਲ ਹੈ हाल की होना है तू मैं ये दस तेन कोई ना पता भी उस इंतजार से होंगे जिस दिन की मासी आई है उस दिन की तू मुडू इन तू हो गई है तेन टाइम ही नहीं लगा मैं वेखन का भी बंदा चंगा नहीं लगता मासी आई मैं बाहर फिर मुड़ बाहर फिर कि गए ओ बाजार गए मैं वेख्या उन्होंने जाद इतों मैं मां नूर भी गल छा मेरी भैन जा मुकान कि जामना ने हाला सुना तो किमें आए दिन मैं तो एक होर हौल पिया वा ਕੀ ਹੋਰ ਪਿਆ ਤੇਰੇ ਰਿਸ਼ਤੇ ਦੀ ਤਾਂ ਨਹੀਂ ਗੱਲਬਾਤ ਮੈਨੂੰ ਤੇ ਆਪ ਨੂੰ ਕੋਈ ਨਹੀਂ ਪਤਾ ਅਮੀ ਗੱਲ ਕੋਈ ਕੀਤੀ ਨਹੀਂ ਅਗਰ ਤੇਰੇ ਰਿਸ਼ਤੇ ਦੀ ਕੋਈ ਗੱਲ ਵੀ ਨਹੀਂ ਤਾਂ ਮੈਂ ਜ਼ਹਿਰ ਪੀ ਕੇ ਮਰ ਜਸਾਂ ਮੈਂ ਤੈਨੂੰ ਕੀ ਲੱਗਦਾ ਮੈਂ ਤੇਰੇ ਨਾਲ ਕੋਈ ਨਹੀਂ ਪਿਆਰ ਕਰੇਂਦੀ ਵੇਖ ਲਈ ਬਾਰਾ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈ ਐਵੇਂ ਦੀ ਕੋਈ ਗੱਲ ਹੁੰਦੀ ਤੇ ਅਮੀ ਮੈਨੂੰ ਜ਼ਰੂਰ ਦੱਸਦੀ ਆ ਜਾ ਆ ਜਾ ਅੱਛਾ ਤੂੰ ਉਹ ਆ ਗਿਆ ਤੇ ਇੱਥੇ ਮੇਰਾ ਬੋਤਾ ਬਣ ਜਾਵੇ ਨਹੀਂ ਉਹ ਤਾਂ ਕੋਈ ਨਹੀਂ ਲੱਗ ਸੈਂ ਦੋ ਘੰਟੇ ਲੱਗ ਸੈਂ ਹਾਂ ਜਿਹੜਾ ਤੁਹਾਡਾ ਥੇ ਦਾ ਲੰਬਰਦਾਰ ਹੈ ਜੀਮਨ ਖਾਨ ਹਾਂ ਮੈਨੂੰ ਅਗਲੇ ਦਿਨ ਸਦਾਏ ਹੀ ਕਿਉਂ ਕਿਸੇ ਬੁਣਾ ਗਤੀ ਕੀ ਚੱਕਰ ਹੈ ਮੈਨੂੰ ਪਿਆਦਾ ਖਬਰਦਾਰ ਜੇ ਸਾਡੀ ਥੇਂ ਦੇ ਵਿੱਚ ਕਿਸੇ ਇੱਜ਼ਤ ਨਾਲ ਤੋਂ ਗੱਲਬਾਤ ਕੀਤੀ ਜਾਂ ਕੋਈ ਅਜੀਤ ਮੈਂ ਤੈਨੂੰ ਟੰਗ ਛੱਡਸਾਂ ਕਿਸੇ ਨੂੰ ਪਤਾ ਤਾਂ ਨਹੀਂ ਲੱਗ ਗਿਆ ਗੱਲ ਸੁਣ ਪਤਾ ਲੱਗ ਵੀ ਜਾਵੇ ਤਾਂ ਪਿਆਰੇ ਡਰਨ ਕੋਈ ਨਹੀਂ ਹੁੰਦਾ ਸਾਹਮਣਾ ਕਰਿੰਦਾ ਤੇ ਜੇ ਤੁਹਾਡੇ ਘਰ ਵੀ ਆਵੇ ਨਾ ਤਾਂ ਤੂੰ ਬਿਲਕੁਲ ਉਹਨੂੰ ਮਹਿਸੂਸ ਨਹੀਂ ਕਰਾਉਣਾ ਤੇ ਗੱਲ ਸੁਣ
निकाह कर ली। मैं सोचा मुड़ सोचना ही हूं अम्मी अबू है उन्होंने भी इज्जत वालों वेखना मैं की करा दस मिनट मुड़ या अम्मी अबू की इज्जत रख ला या प्यार रख ला दो मैं एक काम कर ला तेन भी नहीं छड़ सकती मैं तेरे बहु प्यार कर कल मुड़ मेरे ना धोखा तो ना कर से नहीं धोखा क्यों करेना मैं पक्की गल हाँ बुशरा जी मेरी खब्बी आ फुरकदी पई है ते ए कड़मी हुंदी मैनूं गल सच्ची सच्ची दस चा जे मैनूं बाहरों पता लग गया ना इस गल दा ते मैं सारी जिंदगी तेरे नाल कोई नूं बोलना नहीं नहीं क्यों आई वदी तेरी मासी बड़े खुश हो के बाजार आ जांदियां पईयां सच्ची गल है मैं तैनूं सच्ची गल तां दसदी पई वी तूं मैनूं छड़ देना है क्यों तैनूं छड़ देना है तूं दस सच्ची गल है मासी मेरे रिश्ता मंगण कण आई होई है मासी तेरी रिश्ता मंगण कण ते जेड़ी ओदे नाल है तेरी मसेर हाँ। थरा के उलू जी तू दस ना मेरा उदे नाल प्यार है मैं उस तो इलावा नहीं शादी करती नहीं मैं उन्हें कौन दसना वो मासी दस छोड़े अगे मासी मेरी मां दस छोड़े ते मोड़ की है अगे मोड़ की है अगे ठीक है मां नूर आंदी पई ठोठो भरा लिया चलो ठीक है मैं किवें हुण अम्मी नूं दसां इह आंदा पिया मैं निकाह करना है अल्लाह इधर किधर गई हो कुछ नहीं अबू अकांत जो ना मनूर ने मेरे को कोई शाय मंगी है तो मैं उन्होंने दीती है अच्छा ए मनूर तो कोई नहीं वजी तो लू पर आ जांदा पिया नहीं मनूर है अंदर गई है उन्हें हां आ उन्हें अंदर गई है उन्हें अंदर गई है हां तो मां के गई मां मां के गई अबू बाजार गई है खबरदार दी तो इनका काशे दी आई था समझ आई मैं तो गवांडी समझ के दी क्यों गवांडी समझ के तो दी ठीक है अबू नहीं देन दी जेड़ा तने थी ना काम ओ कीता कर ओ कीता कर का हाय अल्लाह करां ते करां की मैं उन्नू भी नहीं छड़ सकदी मैं की करां मैं ब्याह करना तो मैं तल्लू ना करना मैं इधर करना कोई नहीं मैं तल्लू ना बहु प्यार करनी है मैं तल्लू नहीं छड़ सकदी अज कल जेड़ा हालात है ना कपड़ा लेने वाला हाजी कोई नहीं हाजी कोई सही गल आ जा पानी ने घुट लाया मासी का इधर गई है बहन ओनु साथ मारे देखे ना अंदरो बुशरा कहारी लत्थी पई है तौबा मंगया हुक्का मेरा बिरा चुप होया बैठा कोई नहीं मेरे बहन वैसे चुप कट पया उससे जट्टा सारे दीवार तेन पता काम लेना होया जी हां निवाने मेरे बणवीए दी ते हड्डियां ही आई ने लाए आई ने मासी हां ਚੰਗਾ ਕੰਮ ਕੀਤਾ ਹੀ ਨਾ ਚਲੋ ਹੋ ਗਿਆ ਐਲਾ ਗੱਲ ਸੁਣੇ ਨਾ ਮੇਰੀ ਸੋਨਾ ਚੋਣ ਅੱਜ ਕੱਲ੍ਹ ਡੱਠਾ ਹੋਇਆ ਹਾਂ ਲੈ ਆਈਆਂ ਛੇਰ ਦੀਆਂ ਕੰਨਾਂ ਦੀਆਂ ਛੇਰ ਨੂੰ ਟਾਂਗੇ ਜੀ ਲਾਉਣਾ ਹੌਲੀ ਹੌਲੀ ਚੀਜ਼ ਬਣਾਇਆ ਬਣਦੀ ਲਾਈਏ ਟਾਂਗੇ ਹਾਂ ਆਵੇ ਦੀ ਭੈਣ ਭੈਣ ਮੇਰੀ ਨਾਲ ਆ ਪਸੰਦ ਕੀਤੀਆਂ ਸੋ ਸਲਮਾ ਦੀ ਨੂੰ ਬਹੁਤ ਪਸੰਦ ਆਈਆਂ ਨਾ ਬਹੁਤ ਸੋਹਣੀਆਂ ਵਾਲੀਆਂ ਨਾ ਇਹਨੂੰ ਤਾਂ ਇੱਕ ਅੰਗੂਠੀ ਪਸੰਦ ਆਈ ਐਸ ਮੇਰੀ ਦੀਨ ਤਾਂ ਇਸ ਦਾ ਕੰਮ ਹੀ ਉਹ ਲਾਏ ਦੇ ਮੈਂ ਤਾਂ ਇਹਨੂੰ ਹੀ ਲਾਏ ਦਿਵਾਈ ਬਸ ਚਲੋ ਚਲੋ ਚੰਗੀ ਗੱਲ ਹੈ ਚੰਗੀ ਗੱਲ ਹੈ ਚਲੋ ਮੈਂ ਜਾਂਦਾ ਪਿਆ ਤੇ ਨੰਬਰਦਾਰ ਤਾਂ ਹੀ ਤੇ ਮੈਂ ਹੁਣੇ ਆ ਜਾ ਤੇ ਗਈ ਜੂ ਆ ਨਾਲ ਲੈ ਜਾਂਦੀ ਹਾਂ ਤੂੰ ਜੋ ਘਰ ਵਧਾ ਤੇ ਮੈਂ ਆਖ ਚੋਰ ਮੈਂ ਉੱਠ ਪਾਠ ਬੰਦਾ ਅਲਾ ਇੱਥੇ ਮੈਨ ਕਿਹੜਾ ਖਤਰਾ ਸਾਡੀ ਪੁੱਤਰਾ ਰੰਗੀ ਦੀ ਹੈ ਕੋਈ ਮਸਲਾ ਹੀ ਕਾਇ ਨਹੀਂ चलो ठीक है मेरा मेरी बहन मैं भी चलनी हां राव आजो नहीं भाई नहीं आज बच्चे तने पता है सौरा मेरा भी मोड़ आक्सी गया छोए नु लायक निकल गई है हां एक गल सा इतना भी भला आई ना मेरी बहन जेड़ा मैं न कदी नहीं रोकया है वो बड़े वाला औदा दे अंदर ना मासी चला मेरा बड़विया मोड़ अल्लाह नु सौपे लाया छोरे शापा तो चलिए मोड़ ठीक है मासी चंगा मेरी बहन चंगा अल्लाह अल्लाह बहु दिन इंशाल्लाह हां ठीक है अल्लाह पाक सुख दिने इंशाल्लाह ते ए ना मोड़ बनाई ए ना मेरी बहन गाल सुने ना सोनिया हां जी ए मोड़ संभाल के रखें नहीं मैं रखे सा जुगी है हां चलो ठीक है मैं लई से तो मैं मेरी बहन कौन रखे सको ठीक है परेशान ना होवे
ਕਿਤੇ ਕਹੀਏ ਲੋ ਦੋਨ ਸਾਧ ਕੋਈ ਗੁਟਕਾ ਵੇ ਦਾ ਬਣਾ ਦੇਣ ਜੇ ਸ਼ੇਰ ਨਾ ਤਰਬੀਅਤ ਸੋਹਣੀ ਦਿੱਤੀ ਹੁਣ ਮੇਰੇ ਕਿਉਂ ਹੱਥ ਹੁਣ ਮੈਂ ਬਾਹਰ ਗਈ ਹੋਇਆ ਮੂੰ ਆਇਆ ਤੇ ਉੱਪਰ ਤਲੂ ਕਰੋ ਤੇ ਦੂਏ ਉਹ ਮੇਰਾ ਮੁਕਾਲਾ ਚ ਕਰੋ ਮੇਰੀ ਪਾਕ ਰੋ ਲੋ ਚਾਉ ਕੋਈ ਸ਼ਾਇ ਮੰਗੀ ਉਸ ਤੋਂ ਲੁਕਾ ਇਸ ਗੱਲ ਨੂੰ ਪਰਦਾ ਪਾ ਇਸ ਜੀ ਮਲੰਗੀ ਮੈਂ ਤੈਨੂੰ ਕਦਾਂ ਦੀ ਆਦੀ ਬੈਠਿਆ ਵਾ ਮੈਂ ਦੀ ਦਾ ਫਰਜ਼ ਅਦਾ ਕਰਨਾ ਮੇਰੇ ਦਿਲ ਚ ਕਹੀਓ ਜੀ ਗੱਲ ਮੈਂ ਆਦੀ ਵਾ ਨਹੀਂ ਹਜੇ ਤਾਈ ਰਾਣ ਦੇ ਚਾਚਾ ਮਲੰਗੀ ਵਨਾ ਹੈ ਕੀ ਗੱਲ ਆਪਣਾ ਕਹੀ ਤੇ ਦਿਓ ਕਹੀ ਮੇਰਾ ਕੋਈ ਖਾਡੇ ਕੋਲ ਕਹੀ ਮੈਂ ਵੇਖ ਲੈਣਾ ਹੁੰਦਾ ਮੈਂ ਮੇਰਾ ਪੁੱਤਰ ਤੂੰ ਕਿਉਂ ਜਾਵੇਂ ਨਾ ਕੋਈ ਨਹੀਂ ਮੇਰੇ ਕੋਲ ਕਹੀ ਹੁਣ ਮੈਂ ਗੱਲ ਕਰਾਂ ਨਾ ਤੂੰ ਚੁੱਪ ਕਰਕੇ ਜਾ ਮੈਂ ਅੱਜ ਗੱਲ ਕਰਨੀ ਗੁਰੂ ਬਾਹਰ ਹੀ ਨਹੀਂ ਨਿਕਲਣ ਦੇ ਕਾਦੂ ਉੱਤੇ ਇਸ਼ਾਰਾ ਹੀ ਨਹੀਂ ਕਰਨ ਦੇ ਆ ਜਿਹੜੀ ਕੱਦ ਤੇ ਖਲੋ ਲੈਂਦੀ ਇਦੋਂ ਮੈਂ ਕਾਦੂ ਉੱਚੀ ਕਰੇ ਨਾ ਇਹਦਾ ਮੈਂ ਅੱਜ ਜਿਹੜਾ ਨਾ ਵਾਟਰ ਕੱਢੇ ਨਹੀਂ ਉਸ਼ਰਾ ਹਾਂਜੀ ਉਰਾ ਆਵੇਂ ਨਾ ਹਾਂਜੀ ਹਾਂਜੀ ਇਹ ਮੈਨੂੰ ਦੱਸੋ ਇਸ ਘਰ ਦੇ ਵਿੱਚ ਤੈਨੂੰ ਕੋਈ ਭੁੱਖ ਨਹੀਂ ਮੈਨੂੰ ਕੋਈ ਭੁੱਖ ਨਹੀਂ ਹੈ ਮੈਨੂੰ ਕੋਈ ਤਕਲੀਫ ਨਹੀਂ ਕੋਈ ਤਕਲੀਫ ਤੇ ਬੋੜੇ ਮੇਰੀ ਇੱਜ਼ਤ ਤੈਨੂੰ ਨਾਲ ਚੱਕਰ ਚਲਾਈ ਵਧੀ ਮਾਰਨਾ ਮੈਂ ਤੈਨੂੰ ਤੂੰ ਨਾ ਬੁਲੇ ਸੀ ਤਾਂ ਮੈਂ ਤਾਂ ਵੀ ਤੈਨੂੰ ਹੱਡੀਆਂ ਫੇਰ ਸੱਟਣੀਆਂ ਦੱਸ ਮੈਨੂੰ ਕੀ ਗੱਲ ਹੈ ਅੰਮੀ ਮੈਂ ਤੇ ਤੈਨੂੰ ਅਸੀਂ ਪਿਆਰ ਕਰਦੇ ਹਾਂ ਇੱਕ ਦੂਸਰੇ ਨੂੰ ਓਏ ਮੈਂ ਮਰ ਗਈ ਛੋੜ ਦੇ ਸੀ ਛੋੜ ਆਪਣੇ ਪਿਓ ਦੀ ਗਰੀਬੀ ਭੁੱਲ ਗਈ ਪਾਏ ਹੋਇਆ ਹੈ ਮੈਨੂੰ ਕਿਹੜਾ ਪਤਾ ਤੋਂ ਮੇਰੀਆਂ ਬਰਬਾਦੀਆਂ ਕਰ ਸਕਦਾ ਬਰਬਾਦ ਕਰੀ ਮੇਰੀ ਜੀ ਹੱਥ ਨਾ ਲਾਵੀ ਹੱਥ ਨਾ ਲਾਵੀ ਤੇ ਪਿੱਛੇ ਹੋ ਜਾ ਅਮੇ ਇੱਕ ਦੂਸਰੇ ਨਾਲ ਅਸੀਂ ਪਿਆਰ ਕਰਨੇ ਪਿਆਰ ਇਹ ਮਾਪੇ ਦੇ ਸਾਹਮਣੇ ਤੇਰੇ ਲਫ਼ਜ਼ ਨਿਕਲਣ ਲੱਗ ਗਏ ਮਾਪੇ ਦੇ ਸਾਹਮਣੇ ਤੇਰੇ ਲਫ਼ਜ਼ ਨਿਕਲਣ ਲੱਗ ਗਏ ਹੈ ਤੇਰੀ ਮੈਂ ਹੁਣ ਕਰੇ ਸ਼ਾਦੀ ਉੱਠੀ ਅੱਜ ਮੈਂ ਤੈਨੂੰ ਕਿਸੇ ਬੁੱਢੇ ਨਾਲ ਪਰ ਨਹੀਂ ਅੱਲੀ ਖਾਨ ਨਾਲ ਇੱਧਰ ਅੰਦਰ ਚੱਲ ਅੰਦੇ ਹੋਏ ਤਾਂ ਮੇਰੀ ਅਸੀਂ ਜੀ ਉਡਾ ਛੱਡੀ ਅੱਛਾ ਅੰਦਰ ਪਈ ਰਹਾ ਇੱਥੇ ਹਨਾ ਇੱਥੇ ਅੰਦਰ ਪਈ ਰਹਾ ਤੋਏ ਮੇਰੇ ਨਾਲ ਜਿਹੜੀ ਕੀਤੀ ਹੈ ਛੋੜ ਦੇ ਮੈਂ ਤੈਨੂੰ ਆ ਦਿੱਤੀਆਂ ਦਰਵਾਜ਼ਾ ਛੱਡ ਦੇ ਇੱਥੇ ਹੁਣ ਪਈ ਰਹਾ ਹਨਾ ਅੱਜ ਮੈਂ ਕੱਲ੍ਹ ਜਾ ਕੇ ਰਹਿੰਦੀ ਉਹਦੀ ਬਹਿਣ ਨਾਲ ਹਨਾ ਮੇਰੇ ਮਹੱਲੇ ਦੇ ਵਿੱਚ ਤੂੰ ਸਮੇਂ ਟੁਰਨ ਦਾ ਨਹੀਂ ਛੱਡਿਆ ਉਹ ਬੁੱਢ ਕੇ ਮਰ ਜਾ ਮੇਰੀ ਧੀ ਤੇਰੇ ਕਣਕ ਇਹ ਨਹੀਂ ਮੈਂ ਕੀਤਾ ਖੁਦਾ ਕੁੰਜੀ ਚੁਣਾਵ ਵਿੱਚ ਮਾਨੂਰ ਉਤੋਂ ਕਿਵੇਂ ਨਾ ਹਾਂਜੀ ਕੀ ਹੋਇਆ ਲਈ ਬੈਂ ਕੀ ਨਹੀਂ ਹੋਇਆ ਇਹ ਦੱਸ ਮੈਂ ਇੱਥੇ ਕੁਝ ਲੈਣਾ ਹਾਈਆ ਤੇਰੇ ਕੋਲ ਕੌਲੀ ਕਾਇਨਾਤ ਇੱਥੇ ਭੀੜੀ ਕਾਇਨਾਤ ਤੈਨੂੰ ਇੱਥੇ ਬਵਣ ਠੀਵਣ ਬਣਾ ਦਿੱਤਾ
तैनू अपनी हमदर्द बनाया तैनू आखा वे कोई मसला नहीं आ गई है जी बिस्मिल्ला असि जो बैठे हाँ तो मेरी बहन की होया गल तेरे विराह का करने वाली की है क्या किया है मेरे विराह मैंने कोई गल दसे सही सही तो मैंने पता लग तेरे विराह मेरी धी ते आख रखी हुई है मेरे विराह मेरी धी अज मुंह बोल के प्यादी जो असि प्यार करें एक दूजे नु मेरे नाल चंगे कीते ना मैनू अजर दिता ने विराह नु डाकला नहीं तो मैं इनू टंगा के मार गतना है आलिया बहन गल सुन मेरी पहले तो तेरी धी का कसूर है तेरी धी घर च बैठी आई तो मेरी धी तो फुल मासूम है बालड़ी है ओनू की पता ही ओदियां गल्लां दा अच्छा ते उस प्यार कर ले तो ओनू पता भी कोई नहीं मेरी बहन को खुदा दा खौफ कर कोई धी नू समझा मेरी धी 16 तो 17 सालां दी है ओदी तो उम्र ही नहीं प्यार करण दी है ना मेरी धी नू वरगलाया जा रहा है ते अस अपने नशेई विराह नू आख पर मेरी धी नू भी नशियां ते लाऊ है मेरी धी नू भी ओदियां कम्मां ते लाऊ है ओए होए अल्लाह माफी देवे आलिया के पयानी है वाई ते अपनी धी नू संभाल मैं अपने तू है बौरा ते तेरा घर उजड़ोया मेरा दिल लादा के तैनू कोई एहसास हो सी है ना विराह नू समझा ला नहीं तो मैं तू जेड़ा नहीं होया ना मैं ओ करेसा जिंदगी भर लो मर से इस विराह कण मैं ऐसी जे लेन सटेसा ओए अल्लाह ना करे यो जी नौबत कदी आ आया कि दे अड़दे मुंह वाला ओ गया कि दे काली शक्ल वाला ओ किदा ही बाहर निकले आयो हमणा इथे कोई नहीं घर बस बिरान हुए समझा लवी आज तो बाद मेरा बुए ते आवण दी काई लोड़ नहीं ठीक हो गया हाँ। मैं समझा ले रही गल दीदी मैं डक ले समय तू डकी आई ता हां ओनू भी डक ओनू भी डक तू मैं दसना ओनू डक ते मैं सही आदी पई तू लामा मेरे को ला तेरा बिरा बा तेरा बिरा बार बार जांदा खला कबूतर आया खला कई लेना आया फलाण करना कदी असि भी गए हां गल सुन मेरी मेरे घर आवन तू पहले तू ओनू धी नु डके आ मेरी धी उदली काई नहीं समझ आई मेरी धी मेरे घरे बैठी है और जबान संभाल के बोल मैं हलाख दे विचू जबान छेक ला अच्छा मैं जबान संभाल के गल करा तेरी जुरत की मैं पया मेरी धी दे बारे गल सही आदी पईया ना सही आदी पईया इते मेरे नाल औ क्यों ये या पता जी बिराए ओनू दर फिटे नो पे कर दिया गुलटा ओनू चढ़ावा देंदी पई अच्छा अखे जी ओ जी आ पे की मैं मत जुलाई बनी कपड़े कोई नहीं पाई वदी होंदी की जी कोई नहीं लाई वदी ते कपड़े कोई नहीं घर कठे कीती बैठी बस मेरा आंख खुणी हो पोचई मैं नु डेरे ते सदा के लितर न मरा ते मुड़ गल चकरी अच्छा वा तो वेख आई सा लितर मराई से तू किदा ही खलोनी है भाई तू एडी है ते तू अपनी धी नु घर संभाल के वाओ तू आदे पैरट पैड़ा पा के वाओ जेड़ी तेरी वड्डी हुस्ना दी परी धी है पई आ जलील कीता सू शरीफ कह रिया कह रहे फट फाई तो फाड़ फाड़ के बहन जिम्मे बिल्ली खलोती सुराख खिंच जातियां पाई हा तेरा खुदा गर्क करे तैनू कह रही बिल्ली मेरे बिराह दे गल पाई पमदी आ जमदा ना मेरा बिराह मैं ओदना गल करेनी आ बुशरा बुशरा तैनू की बने हैं इत्थे बने एक मिनट ठहरी अम्मी किधे गए अम्मी तेरी तो साढ़े अल गई बैठी मैं देखा वो मां नूर नाल बैठी खपदी ते की गल होई है चलो जे तू मेरे ना प्यार करे ना ना तू मेनू ले जा अम्मी मैं ना बुड्ढे बुड्ढे बंदे ना शादी करवाऊ है मेरी बुड्ढा ना फिर शादी हां कोई बुड्ढा बंदा है उसने मेरी शादी कपड़े कौन जल्दी कर जल्दी कर टाइम कोई नहीं हेलो हां औरंगजेब किधे अदालतां च चलो ठीक है मैं आंदा पिया वो काम जेड़ा तैनू आख्या निकाह वाला मैं आंदा पिया मेरा इंतजार करी हां हां मछापा अच्छा गल सुन हाँ। मेरी इत्थे बैठ के हुण गल सुन ले हुण इस टाइम तू अपने घर है हां जट नु अगर तू इस गल तू हट से या आख से मेरे नाल इस जबरदस्ती निकाह कीता ते मैं टंगी जसा नहीं नहीं अगर मैनू प्यार कर दी हां जीवन मरण तेरा हुण मेरे नाल होणे बिल्कुल ठीक है हाँ। चाहे जितनी भीड़ आ जावे तो अपनी गाल तू नहीं हटना नहीं हटती पक्की गाल है हाँ, पक्की गाल है चल 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 होय होय कर आएंगे मैं अब बुआ तो ही खोले मैं तेरे तेरे की मैं तो घर ही नहीं आया ते आए ए हर शा खिल गई भाई ओए हाल यो छोर किने गई ओए ओ किदाई मलंगी छोर
ਮੇਰੀ ਤਾਈ ਦਾ ਤੇ ਲਾਭ ਕਰਕੇ ਵਗ ਗਈ। ਮਲੰਗੀ ਸਬਰ ਕਰੇ ਨਾ ਟੋਰ ਉੱਠੀ ਜਾਵੀਏ ਜੀਵਨ ਕੋਲ ਉਹਦੇ ਕੋਲ ਜਾ ਮੇਰੇ ਗੱਲ ਦੀ ਤੇ ਮੇਰਾ ਨਾਮ ਰਾਜ ਸਕੀਂਦਾ ਮਲੰਗੀ ਪੈਸੇ ਤੇ ਮੁੰਜੀ ਦੇ ਕਿਉਂ ਨਹੀਂ ਦਿੰਦਾ ਪਿਆ? ਆਖਿਰ ਕੋਈ ਨਹੀਂ ਦਿੰਦਾ ਪਿਆ। ਹੁਣ ਮੈਂ ਸਦਵਾਵਣਾ ਇੱਥੇ ਤੇ ਦੋ ਸਠਾਵਣੀਆਂ ਨਾ ਮੂੰਹ ਦਿੱਤੇ ਉਹ ਸ਼ੁਦਾ ਤੋੜ ਤੇ ਮੁੰਜੀ ਦੇ ਪੈਸੇ ਗਾਰ ਦੇ ਜਾਸੀ। ਚਲੋ ਉਹਦੇ ਨਾਲ ਕੋਈ ਕਰ, ਮੈਨੂੰ ਜਾਣਦਾ ਹੀ ਨਹੀਂ ਬਈ। ਮੈਂ ਜੀਮਣ ਖਾਨ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ। ਬੈ ਜਾ ਪਰਾ ਪਿੱਛੋਂ ਕੇ ਬੈ ਜਾ। ਅਰੇ ਤੂੰ ਜਾ। ਹਾਂ ਹੁਣ ਮੈਂ ਸਦਵਾ ਕੇ ਤੈਨੂੰ ਪੈਸੇ ਲਾ ਦੇਵਾਂ। ਜੀ ਇੱਕ ਰਿਕੁਐਸਟ ਹੈ। ਇਹ ਮੇਰੀ ਭੈਣ ਹੈ ਅਤੇ ਇਹ ਜੀ ਉਹ ਮਲੰਗੀ ਨਹੀਂ ਆਪਣੇ ਥੇ ਵਾਲਾ ਇਹ ਜੀ ਉਹਦੀ ਜੀ ਬੇਟੀ ਹੈ ਅਤੇ ਮੈਂ ਇਹਦੇ ਨਾਲ ਨਿਕਾਹ ਕੀਤਾ ਹੱਕ ਸ਼ਰੇ ਦਾ ਕੀਤਾ। ਉਹਨਾਂ ਕੋਲ ਪੁੱਛ ਗੁੱਛ ਕੇ ਨਹੀਂ ਜੀ ਪੁੱਛ ਗੁੱਛ ਕੇ ਕੋਈ ਨਾ ਇਹਦੇ ਨਾਲ ਤਾਂ ਜ਼ੁਲਮ ਅਤੇ ਜ਼ਿਆਦਤੀਆਂ ਕਰਦੇ ਹਨ ਮਰਿੰਦੇ ਹਨ ਇਹਨੂੰ ਤਾਂ ਕਿਸੇ ਬੁੱਢੇ ਨੂੰ ਮੈਨੂੰ ਮੜੋ ਉਹਦੇ ਕੋਲ ਪੁੱਛਣ ਦੇ ਕਿ ਤੂੰ ਕੀ ਸਫਾਈ ਦਿੰਦਾ ਪਿਆ ਦੱਸ। ਉਹ ਤੂੰ ਜੋ ਲੈ ਕੇ ਆਇਆ ਤੇ ਮੈਂ ਉਹਦੇ ਕੋਲ ਪੁੱਛਣਾ ਸਫਾਈ ਤੂੰ ਦਿੰਦਾ ਪਿਆ ਨਾਲ ਹੀ। ਅੱਛਾ ਉਰੇ ਗੱਲ ਤਾਂ ਜੇ ਭੈੜੀ ਆਉਂਦੀ ਹੈ ਤੁਸੀਂ ਵੀ ਅੱਗਾਂ ਦੇਰ 'ਤੇ ਲੱਗੇ ਆਈ ਹੋ। ਤੁਸੀਂ ਤਾਂ ਘਰ ਵਗ ਜਾਵਾ ਤਾਂ ਸਨਿੰਗਰ ਨੂੰ ਚੱਕਰ ਲਵਾ। ਚਲੋ ਠੀਕ ਹੈ ਹੁਣ ਤੁਸੀਂ ਬਹਿ ਗਈ ਹੋ। ਅੱਛਾ ਉਰੇ ਕਿਵੇਂ ਗੱਲ ਹੈ ਜੀ? ਇਹ ਸਹੀ ਆਉਂਦੇ ਪਏ ਨੇ ਉਹ ਮੈਨੂੰ ਮਾਰਦੇ ਆ। ਇੱਕ ਬੁੱਢਾ ਜਿਹਾ ਬੰਦਾ ਉਸ ਨਾਲ ਮੇਰੀ ਸ਼ਾਦੀ ਕਰੂ ਆਣ ਅਤੇ ਮੈਂ ਕਰਨਾ ਨਹੀਂ ਚਾਹੁੰਦੀ ਹੈ ਅਤੇ ਹੱਕ ਨਾਲ ਮੈਂ ਉਹ ਤੇਰਾ ਮਾਂ ਪਿਓ ਦਾ ਦਿਲ ਲਾਏ ਨੇ ਜਿਹੜੇ ਬੁੱਢੇ ਨਾਲ ਦਿੰਦੇ ਹਨ ਉਹ ਜੋ ਨੰਦ ਜੀ ਦਿਲ ਆਈ ਤੇ ਕਾਹੀ ਤਾਂ ਮਾਂ ਪਿਓ ਦੀ ਰੱਖਣੀ ਕਰ ਗਈਆਂ ਕਰੋ। ਨੰਬਰਦਾਰ ਜੀ ਇਹ ਕਿਹੜਾ ਅਸੂਲ ਹੈ ਸ਼ਾਦੀ ਕਰਾਂ ਭਾਈ? ਮਾਸੂਮ ਬੱਚੀ ਹੈ ਤੇ ਉਹਨੂੰ ਕਿਸੇ ਬੁੱਢਾ ਦੇ ਗੱਲ ਕਰਦੇ ਪੈਣੇ ਇਹ ਕਿਹੜਾ ਫੈਸਲਾ ਹੈ ਤੁਹਾਡਾ ਜੀ? ਉਸ ਡੈਡੇ ਤੁਸੀਂ ਮੈਨੂੰ ਸੱਦ ਕੇ ਗੱਲ ਕੀਤੀ ਆ ਉਸ ਤੋਂ ਪਿੱਛੇ ਮੈਂ ਕਿਸੇ ਥੇ ਦੀ ਗਲੀ ਦੇ ਵਿੱਚ ਕਿਸੇ ਜਗ੍ਹਾ ਤੇ ਮੈਨੂੰ ਡਿੱਠਾ ਨੇ ਮੈਂ ਹੁਣ ਹੱਕ ਸ਼ਰੇ ਦਾ ਕੀਤਾ ਜੀ। ਉਹ ਤੱਲੂ ਯਾਰ ਸਹੀ ਹੈ ਕੋਈ ਮਾਂ ਪਿਓ ਦੀ ਇਸ ਮੇਰਾ ਦਿਲ ਲਈ ਮੈਂ ਵੀ ਨਾਲ ਕੀਤਾ ਇਸ ਨਾਲ। ਚਲੋ ਹੁਣ ਤਾਂ ਹੋ ਗਿਆ ਖੁਸ਼ ਆ ਮੈਂ ਇਸ ਨਾਲ ਪਰ ਕੁਝ ਤੇ ਇੱਜ਼ਤ ਮਾਂ ਪਿਓ ਦੀ ਵੀ ਹੁੰਦੀ ਹੈ ਨਾ ਯਾਰ। ਮਾਂ ਪਿਓ ਦੀ ਦਾ ਚੰਗਾ ਸੁਝਾ ਯਾਰ ਸਾਡਾ ਕਰ ਮੇਰੇ ਤੇ ਪੁੱਛ ਪਰ ਹਾਰਟ ਤੂੰ ਕੌਣ ਹੈ? ਮੇਰੀ ਮਾਂ ਕੋਈ ਵੀ ਨਹੀਂ ਹੈ ਬੁਸ਼ਰਾ। ਮੈਂ ਤੇਰੀ ਮਾਂ ਮੇਰੀ ਨਹੀਂ ਮੇਰੀ ਮਾਂ ਕੋਈ ਨਹੀਂ ਹੈ ਮੇਰਾ ਪੁੱਤ ਤੋਂ ਬਾਅਦ ਸ਼ਰਮ ਬਣਾਇਆ ਬਹਿਰਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਲਾ ਚਾ ਮਾਈ ਮੂੰਹ ਤੂੰ ਮੈਨੂੰ ਹੱਥ ਨਾ ਲਾ ਮੇਰੀ ਮਾਂ। ਇੱਕ ਮਿੰਟ ਬਹਿ ਜਾ ਚੋਰੇ ਤੂੰ ਬਹਿ ਜਾ। ਇਹ ਤੇਰੀ ਮਾਂ ਹੈ? ਨਹੀਂ ਮੇਰੀ ਕੋਈ ਮਾਂ ਨਹੀਂ ਮੇਰੀ ਤੁਸੀਂ ਕਰਦੇ ਪਿਆ ਜਿਹੜੀ ਬੁੱਢਾ ਦੇ ਗੱਲ ਖੱਤੂ ਆ ਤੈਨੂੰ ਆਖਿਆ ਬਕਵਾਸ ਨਾ ਕਰ। ਜੀਵਨ ਖਾਨ ਦੇ ਤੇਰੇ ਤਾਂ ਬੈਠੇ ਹੋ। ਚੁੱਪ ਕਰ ਭਾਈ ਤੂੰ ਸੁਣ ਚੁੱਪ ਕਰ ਬੋ। ਓਏ ਇਹ ਮਲੰਗੀ ਤੇਰੀ ਸਵਾਣੀ ਐ ਛੋਰੇ ਜੀ ਇਹਦੀ ਉਮਰ ਵੇ ਕੀ ਪਿਓ ਦੀ? ਮੇਰਾ ਪਿਓ ਕੋਈ ਨਹੀਂ ਹੈ। ਨਹੀਂ ਨਹੀਂ ਤੇਰਾ ਪਿਓ ਹੈ ਹੁਣ ਤੇਰਾ ਪਿਓ ਕੋਈ ਨਹੀਂ। ਇਹਦੀ ਉਮਰ ਵੇ ਕੀ ਉਹਦੀ ਉਮਰ ਵੇ ਕੀ ਮਾਂ ਦੀ ਸਾਰੀ ਜ਼ਿੰਦਗੀ ਉਹ ਇਹਦੀ ਮੈਂ ਸ਼ਕਲ ਨਹੀਂ ਵੇਖੀ ਮੈਂ ਨੰਬਰਦਾਰ ਹਾਂ ਹੈ ਤੇ ਆ ਜੋ ਵਧੀ ਤੇਰੇ ਮਗਰ ਦੇਰਿਆਂ ਤੇ ਰੁਲਦੀ ਰਾਜਾ ਮੇਰੀ ਦੀ ਠਹਿਰ ਜਾ। ਅੱਛਾ ਰੇ ਜਬ ਗਾੜੇ ਨਾਲ ਇਨਸਾਫ ਹੋਸੀ ਖੁਦਾ
जबरदस्ती तो नहीं की ਕਿਦਾ ਤੈਨੂੰ ਡਰਾਇਆ ਧਮਕਾਇਆ ਨਹੀਂ ਮੈਨੂੰ ਉਹਨਾਂ ਨੇ ਕੁਛ ਵੀ ਨਹੀਂ ਆਖਿਆ ਮੇਰਾ ਵੀ ਦਿਲ ਆਈ ਮੈਂ ਇਸ ਨਾਲ ਸ਼ਾਦੀ ਕਰਾਂ ਕਿਉਂਕਿ ਅਸੀਂ ਇੱਕ ਦੂਸਰੇ ਨਾਲ ਪਿਆਰ ਕਰਦੇ ਹਾਂ ਮੈਂ ਤਾਂ ਤੇਰੇ ਉਹਦੇ ਮਸੇਰ ਨਾਲ ਸ਼ਾਦੀ ਕਰਨ ਦੀ ਪਈ ਆ ਮੈਂ ਤਾਂ ਤੇਰੇ ਉਹਦੇ ਅਲੀ ਖਾਨ ਨਾਲ ਹੋਰ ਇਸ ਤਾਂ ਜੁੜ ਬੋਲਦੇ ਪਏ ਕੋਟ ਕਿਉਂ ਮਰੇਂ ਦੀ ਪਈ ਐ ਮੈਂ ਨਾਲ ਤੁਸੀਂ ਬੁੱਢੇ ਨਾਲ ਸ਼ਾਦੀ ਕਰੋ ਮੇਰੀ ਤੇ ਕਿਹੜੇ ਅਲੀ ਖਾਨ ਨਾਲ ਸ਼ਾਦੀ ਕਰਨੀ ਪਈ ਇਹਨੂੰ ਅੰਦਰ ਕਮਰੇ ਦੇ ਵਿੱਚ ਢੱਕ ਕੇ ਤਾਂ ਮਰੇਂਦੇ ਆ ਜ਼ੁਲਮ ਕਰਦੇ ਆ ਇਸ ਤੇ ਅਸੀਂ ਕਰੀਆ ਪਾ ਤੂੰ ਕੌਣ ਹੁੰਦਾ ਬਾਬੇ ਨਾਲ ਨਾ ਹੁਣੇ ਮੇਰੇ ਹੱਕ ਚ ਇਹ ਮੇਰੀ ਬੀਵੀ ਤੇਰੀ ਜੁਰਤ ਕਿਵੇਂ ਪਈ ਐ ਮੇਰੀ ਧੀ ਐ ਮੈਂ ਭਾਵੇਂ ਉਹਨੂੰ ਜਿੱਥੇ ਰੱਖਾਂ ਅਛਰਾ ਓਏ ਤੇਰ ਮੈਂ ਆਖਿਆ ਵੇ ਬਕਵਾਸ ਬਾਜ਼ੀ ਬੰਦ ਕਰ ਮੈਂ ਮੁਕਾ ਲੈਣਾ ਆਪੇ ਚਾਚੂ ਮੇਰੀ ਗੱਲ ਸੁਣੋ ਉਸ ਦਾ ਹੱਕ ਹੈ ਬੋਲਣ ਦਾ ਕਿਉਂਕਿ ਮੈਂ ਹੁਣ ਇਸ ਦੀ ਬੀਵੀ ਆ ਅਛਾ ਰੇ ਤੂੰ ਚੁੱਪ ਕਰ ਬਾ ਮੁਸ਼ਰਾ ਮੇਰੀ ਦੀ ਤੇ ਬਹੁਤ ਛੋਟੀ ਹੈ ਤੇਰੀ ਉਮਰ ਹੀ ਨਹੀਂ ਪੂਰੀ ਓਏ ਜਾ ਕੀ ਨਾ ਹੈ ਦਾ ਅਲੀਆ ਚੁੱਪ ਕਰ ਅਲੀਆ ਦੀ ਗੱਲ ਸੁਣ ਅਲੀਆ ਇੱਕ ਮਿੰਟ ਮੇਰੀ ਗੱਲ ਸੁਣ ਹੁਣ ਕਿਹੜੇ ਰਮਣ ਦਮਣ ਤੂੰ ਲਾਈ ਬੈਠੀ ਹੈ तू क्या रोवन तोवन हूं मेरे को लाई बैठा है बंदिया नु घर पहले वाड़ लेना है अपनी इज्जत खुद खराब कर लेनी हूं भगो ਹੁਣ ਉਹ ਮੁੰਡੂ ਮਾਂ ਪਿਓ ਤੂੰ ਮੁਕਰੀ ਬੈਠੀ ਨੇ ਜੀ ਮੇਰੀ ਧੀ ਬਹੁ ਮਸੂਮ ਹੈ ਉਹਦੀ ਉਮਰ ਹੀ ਹੋਈ ਨਹੀਂ ਹੁਣ ਛੋਰੇ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਪੁੱਤਰ ਮੈਂ ਤੇਰਾ ਪਿਓ ਆ ਗਰੀਬ ਕੁਛ ਨਾ ਗਰੀਬ ਪਿਓ ਹਾਲ ਵੇਖ ਮੇਰੀ ਧੀ ਉਹ ਹੁਣ ਚਾਖੇ ਮੈਂ ਮਾਂ ਪਿਓ ਹਾਲ ਜਾਨੀ ਅਦਾ ਜੁੜਿਆ ਤੇਰੇ ਵੇਖ ਮੇਰੀ ਮੁਜਰਾ ਮੇਰੀ ਮੁਜਰਾ ਅਦਾ ਜੁੜਿਆ ਤੇਰੇ ਵੇਖ ਲਾ ਯਾਰ ਸੁਣੋ ਉਤੋਂ ਬਾ ਮਲੰਗੀ ਉਤੋਂ ਮੈਂ ਨਹੀਂ ਹੋ ਜਾਣਾ ਬਸ ਮੈਂ ਮਰਜ਼ੀ ਨਾਲ ਸ਼ਾਦੀ ਕੀਤੀ ਹੈ ਤੇ ਮੈਂ ਖੁਸ਼ ਹਾਂ ਇਸ ਤੇ ਆ ਜੀ ਜਿਹੜਾ ਚੁੱਪ ਬੈਠੇ ਨੇ ਨਾ ਮੇਰੀ ਦੀਨ ਗਏ ਧਮਕੀ ਦਿੱਤੀ ਹੋਈ ਹੈ ਤਾਂ ਮੈਂ ਓਏ ਐਸਾ ਕਿਉਂ ਧਮਕੀ ਦੇਣੀ ਹੈ ਆ ਵੇ ਤੇ ਭਾਈ ਉਹੀ ਨਾਲ ਕੱਚ ਦੇ ਮਾਰ ਕੇ ਬੈਠੀ ਹੈ ਇਜਮਾਨ ਇਤਨਾ ਹੁਕਮ ਨਹੀਂ ਕਿ ਉਹ ਗੋਲ ਵਾਜ ਜਾਵੇ ਜੀ ਚਾਚੂ ਮੇਰੀ ਗੱਲ ਸੁਣੋ ਮੈਂ ਇਸ ਨਾਲ ਖੁਸ਼ ਹਾਂ ਤੇ ਇਹਨਾਂ ਮੈਨੂੰ ਕੁਝ ਵੀ ਨਹੀਂ ਆਖਿਆ ਮੈਂ ਮੇਰੀ ਦੀ ਮੇਰੀ ਗੱਲ ਘਰ ਬਾਹ ਕੇ ਗੱਲਾਂ ਕਰਸਾ ਸਾਰੀਆਂ ਤੂੰ ਘਰ ਤਾਂ ਟੋਲਿਆ ਚ ਮੇਰੀ ਦੀ ਮੈਨਾਂ ਤੇ ਮੇਰੀ ਉੱਠੀ ਉੱਠੀ ਮੇਰੀ ਦੀ ਗੱਲ ਮੇਰੀ ਮਾਨ ਜਾ ਮੈਂ ਤੇ ਨਾ ਤੇ ਨਾ ਛੋੜੇ ਤੋ ਕਹਿੰਦੇ ਨਾਲ ਜਾਣਾ ਤੱਲੂ ਨਾਲ ਜਾਣਾ ਹੀ ਕਹੀ ਨੰਦੇ ਨਾਲ ਮੈਂ ਇਹਨਾਂ ਨਾਲ ਨਹੀਂ ਜਾਣਾ ਮੈਂ ਤੱਲੂ ਦੇ ਨਾਲ ਰਹਿਣਾ ਜਿੱਦਾਂ ਵਾਰੀ ਤੋ ਗੱਲ ਕੀਤੀ ਖਲੀ ਲੰਮਰਦਾਰ ਸਾਹਿਬ ਕੋਈ ਤੁਸੀਂ ਵੀ ਦੇਖ ਮੈਂ ਨਹੀਂ ਮੈਂ ਮਰਾਂ ਜੀ ਅੱਪੂ चुप कर छोरे जाओ मैं थोड़े नाल जाऊं मेरे अब्बू मर गए अब्बू ते हुन अब्बू मर गया तो आप मारे आई अब किधर जावा अब टिंडो मेरे आ गए ते बच्चे तो खाई भी को बच्चे ओ जाओ ले जाओ छोरे सदो आजवा ना ले जाओ ओए अल्लाह पाकी ओ जी औलाद की सर ना दे वे आज ना बढ़िया दालता दे वे मां ते प्यो हाथ खा लियो जाए ये दारा तो जी जाओ ओए आज मैं के बैठी हो सुभा में ओ ते के बीती हो से ਇਹ ਦਰਤ ਜੀ ਜਾਓ ਅਸੀਂ ਇਸ ਛੇਰ ਮੁਕਰ ਜਾਵਣਾ ਜਿਵੇਂ ਮੇਰੇ ਕੋਲ ਮੁਕਰ ਗਏ ਅੱਲਾ ਸੋੜਿਆ ਇਸ ਔਲਾਦ ਨਾਲ ਮੈਂ ਦੁਆ ਕਰਦੀ ਆ ਮੈਂ ਬੇ ਔਲਾਦ ਹੀ ਚੰਗੀ ਆਵ ਅੱਲਾ ਮਾਂ ਕੀ ਹੋ ਜੀ ਅਦਿਆ ਕਿਸੇ ਨੂੰ ਨਾ ਦੇਵੀ ਆ ਜਿਹੜੇ ਮਾਂ ਪਿਓ ਦੀਆਂ ਦੁਸ਼ਮਣ ਵੜ ਜਾਂਦੀਆਂ ਆ ਮੈਂ ਜਾਂਦਾ ਤੇ ਕੋ ਬੰਦੇ ਸਾਥ ਕੇ ਲੈ ਮਨਾ ਤੇ ਚਮੈਨਾ ਮਲੰਗੀ ਨੂੰ अस्सलाम वालेकुम गाइस मैं हूँ आलिया मलिक और इस वक्त आप देख रहे हैं आलिया मलिक ओरिजिनल और आलिया मलिक टीवी की टीम आपके सामने सबसे पहले आप सबका बहुत शुक्रिया अदा करती हूँ थैंक यू सो मच अल्लाह पाक आप सबको अपने हिफ्ज़ अमान में रखे और अल्लाह पाक कभी भी किसी को बेटी की तकलीफ़ ना दे मैं इस वक्त एक वो लफ्ज़ कहने जा रही हूँ मुझे पता है कि जिस जिसकी बेटी उसके ऊपर क्या बीतती है हम समझ सकते हैं और हमें पता है और आपने काफ़ी दिनों से ये काफ़ी महीनों से ये दुआ ज़ारा का केस चल रहा है
देखो कहने में बहुत आसान है, हम लोग अगर कोई मर रहा है ना तो उसकी हम टिकटॉक बना के अपलोड कर देते हैं, दिखा देते हैं, ये देखो आजकल के ये हालात है। लेकिन सच में जो माँ बाप के ऊपर बीती है वो हालात कोई नहीं जान सकता। हम सब मतलबी हैं, हम सब मतलब के पीछे भाग रहे हैं, लेकिन कोई भी इंसानियत जो है ना उसके बारे में नहीं जानता कि इंसानियत किसको कहते हैं। देखो आज आपने ड्रामा देखा बेटी का फैसला, उसमें माँ बाप कितनी कोशिश करता है अपने बच्चों को खुश रखने, ख़ासतौर बेटियों को, बेटियों पे कितना अतमाद करते हैं कि हमारी बेटी ऐसे नहीं हो सकती, और एक पल में बेटी माँ बाप को कैसे पराया कर देती, ये तो आपने देखा है। कोशिश किया करें कि अपनी बच्चियों की मर्ज़ी जानने की कोशिश करें, जहाँ पे बच्ची खुश है उसकी वहीं पर शादी कर दें, कम से कम इस दिन से आप बच सकते हैं। जो घर से भाग के शादी कर लेती है, जो घर माँ बाप को सामने देख कर भी मुकर जाती कि ये मेरा माँ बाप ही नहीं है, तो अल्लाह माफ़ करे, ये वक्त किसी को ना देखना पड़े। हमारी दुआ है और मेरी आज दिल से दुआ है दुआ ज़ारा के माँ बाप को कि अल्लाह पाक उनको सब्र दे और अल्लाह पाक उन बच्ची को नेक हिदायत दे, कोई अच्छा फ़ैसला ले, जो आज भी वो भूल नहीं पा रहे अपनी बच्ची को। ज़हरी बात है, बेटी जिगर का टुकड़ा है, कौन भूल सकता है। और माँ बाप के लिए भी यही कहूँगी कि अब आप सब्र से काम लें, अल्लाह पाक आपको सब्र दे और अल्लाह पाक आपको हिदायत दे। आमीन सुम आमीन। देखो जी, अल्लाह पाक जब बेटी किसी के घर में देता है ना तो रब की रहमत भेजता है। जब बेटी इस तरह की हो जाए फिर माँ बाप की दिल से दुआ निकलती कि अल्लाह पाक ऐसी औलाद किसी को ना दे, तो खुदा ना करे किसी माँ की बद दुआ किसी बेटी को लगे। तो हम यही उन बेटियों के आगे रिक्वेस्ट करते हैं कि ये ज़िंदगी, ये चार दिनों की मेहमान है आपके पास, हो सकता है तो कोई अच्छे काम कर ले, अपने माँ बाप की खिदमत करें। ये दूसरों के पीछे भागने से, फिर देखो आपने माँ बाप की भी मतलब हमने दिखाया है कि बाप का मतलब मौत हो जाती है और माँ अकेली हो जाती है, तब बाप बाप कहने का क्या फ़ायदा, जब वक्त था बाप का हाथ नहीं पकड़ा। बहुत शुक्रिया, थैंक यू सो मच। और मैं माफ़ी चाहती हूँ हमारी इस स्टोरी की वजह से किसी को तकलीफ़ हुई हो, किसी का दिल दुखाया हो, हम माफ़ी चाहते हैं, दिल से हम सब माफ़ी मांगते हैं। हम सिर्फ एक स्टोरी है जो अपलोड करके आप लोगों को दिखा रहे हैं कि कोशिश किया करें कि यार हमारी बातों पे कम से कम गौर कर लें। थैंक यू सो मच जी। हमारे एक्टर इस वक्त हमारे साथ हैं मलंगी, जीवन तालिब, सोनिया जी, बुशरा, मानूर